ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਅੱਜ ਦਾ ਖਾਸ ਪ੍ਰੋਗਰਾਮ ਲੈ ਕੇ ਅੱਜ ਦਾ ਪ੍ਰੋਗਰਾਮ ਸਾਡੇ ਦਰਸ਼ਕਾਂ ਵਾਸਤੇ ਇੰਨਾ ਕੁ ਖਾਸ ਹੋਏਗਾ ਮੇਰਾ ਖਿਆਲ ਹੈ ਵੀ ਇਹੋ ਜਿਹਾ ਪ੍ਰੋਗਰਾਮ ਸ਼ਾਇਦ ਹੀ ਕਿਸੇ ਚੈਨਲ ਤੇ ਦਰਸ਼ਕਾਂ ਨੇ ਦੇਖਿਆ ਹੋਊਗਾ ਪਹਿਲਾਂ ਫਤਿਹ ਅੱਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਕਸਰ ਗੱਲ ਕਰਦੀ ਆ ਜੀ ਸੇਵਾ ਦੀ ਕਿ ਸਿੱਖ ਕੌਮ ਦੇ ਵਿੱਚ ਸੇਵਾ ਭਾਵਨਾ ਬਹੁਤ ਜਿਆਦਾ ਪਰਮਾਤਮਾ ਦੀ ਬਖਸ਼ਿਸ਼ ਹੈ ਕਿ ਕੁੱਟ-ਕੁੱਟ ਕੇ ਸੇਵਾ ਭਾਵਨਾ ਭਰੀ ਹੋਈ ਹੈ ਹਰ ਜਗ੍ਹਾ ਜਿੱਥੇ ਵੀ ਕਿਤੇ ਕੋਈ ਜ਼ਰੂਰਤ ਪੈਂਦੀ ਹੈ ਕੋਈ ਹਬੀ ਨਬੀ ਹੁੰਦੀ ਹੈ ਤੇ ਸਿੱਖ ਕੌਮ ਉੱਥੇ ਸਭ ਤੋਂ ਪਹਿਲਾਂ ਪਹੁੰਚਦੀ ਹੈ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਇੱਥੇ ਵੀ ਸਿੱਖ ਕੌਮ ਨੇ ਪੂਰੇ ਝੰਡੇ ਗੱਡੇ ਹੋਏ ਆ ਸੇਵਾ ਦੀ ਗੱਲ ਕਰੀਏ ਤਾਂ ਵੱਖ-ਵੱਖ ਤਰੀਕਿਆਂ ਨਾਲ ਵੱਖ-ਵੱਖ ਗੁਰੂਤरां ਦੀ ਵੱਖ-ਵੱਖ ਸੰਸਥਾਵਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਵੱਖ-ਵੱਖ ਤਰੀਕਿਆਂ ਦੇ ਨਾਲ ਪਰ ਇੱਕ ਵੱਖਰੀ ਤਰ੍ਹਾਂ ਦੀ ਸੇਵਾ ਮੈਂ ਸਮਝਦਾ ਪਰਮਾਤਮਾ ਵੱਲੋਂ ਹੀ ਬਖਸ਼ਿਸ਼ ਹੋਈ ਹੈ ਕਿ ਜਿਹੜੇ ਅਸੀਂ ਅਰਦਾਸ ਦੇ ਵਿੱਚ ਗੁਰੂ ਘਰਾਂ ਦੀ ਗੱਲ ਕਰਦੇ ਆਂ ਕਿ ਜਿਹੜੇ ਵਿਛੜੇ ਗੁਰਧਾਮਾਂ ਨਾਲ ਵਿਛੜੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਬਖਸ਼ਣਾ ਅਰਦਾਸ ਦੇ ਵਿੱਚ ਇਹ ਆਉਂਦਾ ਹੈ ਉਹ ਗੁਰੂ ਧਾਮ ਨੇ ਗੁਰੂ ਘਰ ਨੇ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਜਿਹੜੇ ਕਿ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਔਰ ਉੱਥੇ ਸਾਨੂੰ ਜਾਣਾ ਬੜਾ ਔਖਾ ਹੁੰਦਾ ਜਾਣ ਵੇਲੇ ਬੜਾ ਕੁਸ਼ਵਰੀਆਂ ਫਾਰਮੈਟਾਂ ਹੀ ਨੇ ਪਰ ਮੈਂ ਇਹ ਪ੍ਰੋਗਰਾਮ ਇਸ ਕਰਕੇ ਮਾਣ ਨਾਲ ਮਹਿਸੂਸ ਕਰਦਾ ਵੀ ਜਿਹੜੇ ਅੱਜ ਮੇਰੇ ਨਾਲ ਮਹਿਮਾਨ ਨੇ ਉਹਨਾਂ ਨੂੰ ਉਥੋਂ ਦੇ ਗੁਰੂ ਘਰਾਂ ਦੀ ਸਾਭ ਸੰਭਾਲ ਤੇ ਸੇਵਾ ਦਾ ਮੌਕਾ ਪ੍ਰਦਾਨ ਹੋਇਆ ਸੋ ਇਸ ਕਰਕੇ ਮੈਂ ਗੱਲ ਕਰ ਰਿਹਾ ਕਿਹੜੇ ਨੇ ਪਾਕਿਸਤਾਨ ਦੇ ਗੁਰੂ ਘਰ ਤੇ ਕਿਹੜੇ-ਕਿਹੜੇ ਉਥੇ ਗੁਰੂ ਘਰਾਂ ਦੀ ਸੇਵਾ ਚੱਲ ਰਹੀ ਹੈ ਮੈਂ ਗੱਲ ਕਰਨ ਲੱਗਿਆ ਜੀ ਰਣਜੀਤ ਨਗਾਰਾ ਫਾਊਂਡੇਸ਼ਨ ਜੋ ਹੈ ਉਹਨਾਂ ਦੇ ਡਾਇਰੈਕਟਰ ਸਤਪ੍ਰੀਤ ਸਿੰਘ ਤੇ ਨਾਲ-ਨਾਲ ਉਹਨਾਂ ਦੇ ਸਾਥੀ ਰੰਜੀਤ ਸਿੰਘ ਸਾਡੇ ਨਾਲ ਸਟੂਡੀਓ ਚ ਆਏ ਨੇ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਫਤਿਹ ਅਰਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬੜੀ ਦੂਜੀ ਬੜੀ ਵੱਡੀ ਗੱਲ ਜਿਹੜੀ ਹੈਗੀ ਜਿਵੇਂ ਮੈਂ ਦਰਸ਼ਕਾਂ ਨੂੰ ਦੱਸ ਕੇ ਹਟਿਆ ਕਿ ਤੁਸੀਂ ਪਾਕਿਸਤਾਨ ਦੇ ਵਿੱਚ ਗੁਰਧਾਮਾਂ ਦੀ ਸੇਵਾ ਸੰਭਾਲੀ ਹੋਈ ਹੈ ਪਰ ਮੈਂ ਉਸ ਸੇਵਾ ਦੀ ਗੱਲ ਕਰਨ ਤੋਂ ਪਹਿਲਾਂ ਜ਼ਰੂਰ ਸਾਡੇ ਦਰਸ਼ਕਾਂ ਵਾਸਤੇ ਜਾਣਨਾ ਚਾਹਾਂਗਾ ਕਿ ਰੰਜੀਤ ਨਗਾਰਾ ਫਾਊਂਡੇਸ਼ਨ ਜੋ ਹੈ ਇਹਦੇ ਬਾਰੇ ਜਾਣਕਾਰੀ ਦਿਓ ਹਲਕੀ ਜੀ ਮਤਲਬ ਥੋੜੀ ਜੀ ਪਹਿਲਾਂ ਤੇ ਅਸੀਂ ਦੇਸ਼ ਵਿਦੇਸ਼ ਵਿੱਚ ਵੱਸ ਰਹੀਆਂ ਸੰਗਤਾਂ ਜੋ ਕਿ ਜਸਪੰjabi ਐਸੋਸ ਦੇਖ ਰਹੀਆਂ ਹਨ ਉਹਨਾਂ ਨੂੰ ਫਤਿਹ ਜਾਈ ਚਾਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਯਾਦ ਕਰਵਾਉਣਾ ਚਾਹੁੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਵੇਲਾ ਜਿਸ ਵੇਲੇ ਔਰੰਗਜ਼ੇਬ ਨੇ ਐਲਾਨ ਕਰ ਦਿੱਤਾ ਸੀ ਕਿ ਕੋਈ ਵੀ ਸਾਜ਼-ਬਾਜ਼ ਨਹੀਂ ਰੱਖ ਸਕਦਾ ਛਲਗੀ ਨਹੀਂ ਲਾ ਸਕਦਾ ਉਹਨਾਂ ਨੇ ਫਿਰ ਇੱਕ ਨਗਾਰਾ ਬਣਾਇਆ ਸਿੰਘਾਂ ਵਾਸਤੇ ਵੀ ਸਿੰਘ ਜਿੱਦਨ ਨੂੰ ਵੀ ਜਾਣਗੇ ਉਹ ਨਗਾਰਾ ਵੱਜੇਗਾ ਤੇ ਮਜਲੂਮ ਦੀ ਰੱਖਿਆ ਕਰੇਗਾ ਤੇ ਜ਼ਾਲਮ ਦੀ ਭਖਿਆ ਕਰੇਗਾ ਜੀ ਇਸੇ ਦਾ ਇਦਾਸ ਨੂੰ ਵੀ 2019 ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਜੀ ਉਸ ਸਮੇਂ ਉੱਥੋਂ ਦੇ ਗੁਰੂ ਘਰਾਂ ਦੇ ਸਥਾਨਾਂ ਦੇ ਦਰਸ਼ਨ ਕਰਕੇ ਬਹੁਤ ਦੁੱਖ ਹੋਇਆ ਦੁੱਖ ਇਸ ਕਰਕੇ ਹੋਇਆ ਵੀ ਕੇਵਲ 15 ਤੇ 20 ਸਥਾਨ ਹਨ ਜਿਹੜੇ ਕਿ ਬਹੁਤ ਵਧੀਆ ਬਣੇ ਹੋਏ ਹਨ ਜਦੋਂ ਵੀ ਸੰਗਤ ਜਾਂਦੀ ਹੈ ਉਹਨਾਂ ਨੂੰ ਦਿਖਾ ਦਿੱਤਾ ਜਾਂਦਾ ਹੈ ਤੇ ਸੰਗਤ ਵੇਖ ਕੇ ਆਸ਼ਾਸ਼ਕਾਰ ਉੱਠਦੀ ਹੈ ਪਰ ਸੰਗਤ ਦੀ ਜਾਣਕਾਰੀ ਦੱਸਣਾ ਸਾਡੀ ਸੱਚ ਦੇ ਮੁਕਾਬਲੇ ਮੁਕਾਬਲੇ 476 ਗੋਦਵਾਰੇ ਹਨ ਜਿਹੜੇ ਕਿ ਖੰਡਰ ਹਨ ਜਿਹੜੇ ਕਿ ਬਿਲਕੁਲ ਟਹਿ ਟੇਰੀ ਹੋ ਚੁੱਕੇ ਹਨ ਰਸਤੇ ਵੀ ਨਹੀਂ ਜਾਂਦੇ ਜੀ ਮਾਨੂੰ ਬਹੁਤ ਦੁੱਖ ਹੋਇਆ ਸੋਚਿਆ ਵੀ ਕੀ ਕੀਤਾ ਜਾਵੇ ਸਿਵਾਵਾਂ ਤੇ ਬਹੁਤ ਚੱਲਦੀ ਹਨ ਪੰਜਾਬ ਦੇ ਵਿੱਚ ਵੀ ਚੱਲਦੀਆਂ ਹਨ ਬਾਕੀ ਮੁਲਕਾਂ ਵਿੱਚ ਵੀ ਚੱਲਦੀਆਂ ਹਨ ਪਰ ਕੋਈ ਐਹੋ ਜੀ ਸੰਸਥਾ ਬਣਾ ਦਿੱਤੀ ਜਾਵੇ ਜਿਹਦੇ ਨਾਲ ਕਿ ਕੋਈ ਇੱਕ ਕੰਟਰੀ ਦੇ ਵਿੱਚ ਪਾਕਿਸਤਾਨ ਦੇ ਵਿੱਚ ਹੀ ਨਹੀਂ ਬੰਗਲਾਦੇਸ਼ ਸ਼੍ਰੀਲੰਕਾ ਕਿਤੇ ਵੀ ਕਿਸੇ ਵੀ ਦੇਸ਼ ਦੇ ਵਿੱਚ ਕਿਸੇ ਗੁਰੂ ਕਾ ਨੂੰ ਸਾਂਭਣ ਦੀ ਲੋੜ ਹੋਵੇ ਤੇ ਸਾਂਭਿਆ ਜਾ ਸਕੇ ਜੀ ਉਸ ਵਾਸਤੇ ਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਆ ਕੇ ਇੱਥੇ ਵਿਚਾਰ ਕੀਤੀ ਡਿਪਾਰਟਮੈਂਟ ਆਫ ਜਸਟਿਸ ਨਾਲ ਯੂ ਐਸ ਗਵਰਨਮੈਂਟ ਨਾਲ ਹਰੇਕ ਦੇ ਨਾਲ ਮੀਟਿੰਗਾਂ ਕਰਕੇ ਫਿਰ ਇੱਕ ਸੰਸਥਾ ਦਾ ਨਿਰਮਾਣ ਕੀਤਾ ਰਣਜੀਤ ਨਗਾਰਾ ਦਾ ਜਿਸ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਦੇ ਰਣਜੀਤ ਨਗਾਰੇ ਤੋਂ ਲਿਆ ਗਿਆ ਵਾਹ ਜੀ ਤੇ ਅਕਾਲ ਪੁਰਖ ਦੀ ਕਿਰਪਾ ਨਾਲ ਇਹ ਹੁਣ ਸਾਹ ਸੰਗਤ ਦੀ ਮਦਦ ਦੇ ਨਾਲ ਕਾਫੀ ਸੋਹਣੀ ਚੱਲ ਰਹੀ ਹੈ ਸਵਾਮਾ ਆਉੜੀ ਚੱਲ ਰਹੀਆਂ ਹਨ ਅੱਛਾ ਜੀ ਇਹ ਵੈਸੇ ਬਹੁਤ ਵਧੀਆ ਤੁਸੀਂ ਬਹੁਤ ਥੋੜੇ ਸਮੇਂ ਦੇ ਵਿੱਚ ਏਡਾ ਵੱਡਾ ਪੈਂਡਾ ਤੈਅ ਕਰ ਲਿਆ ਮੈਂ ਖਾਸ ਤੌਰ ਤੇ ਗੱਲ ਕਰਦਾ ਜੀ ਪਾਕਿਸਤਾਨ ਦੀ ਅਸੀਂ ਜੇ ਤੋਂ ਗੱਲ ਕਰਦੇ ਆਂ ਤਾਂ ਪਾਕਿਸਤਾਨ ਦੇ ਇੱਕ ਵੱਖਰੀ ਛਵੀ ਸਾਡੇ ਦਿਮਾਗ ਦੇ ਵਿੱਚ ਆ ਜਾਂਦੀ ਹੈ ਹਾਂਜੀ ਹਾਲਾਂਕਿ ਉੱਧਰ ਵੀ ਬੜੇ ਸ਼ਰਧਾ ਵਾਲੇ ਲੋਕ ਨੇ ਬਹੁਤ ਸੇਵਾ ਕਰਦੇ ਨੇ ਤੇ ਤੁਹਾਨੂੰ ਇਹ ਸੇਵਾ ਸੰਭਾਲ ਦਾ ਦਿਮਾਗ ਦੇ ਵਿੱਚ ਖਿਆਲ ਆ ਗਿਆ ਉਸ ਦਿਵਾਰ ਤੁਸੀਂ ਰਣਜੀਤ ਨਗਾਰਾ ਫਾਊਂਡੇਸ਼ਨ ਬਣਾਈ ਪਰ ਤੁਹਾਨੂੰ ਇਹ ਪਰਮਿਸ਼ਨਰ ਵਗੈਰਾ ਦਾ ਕੋਈ ਚੱਕਰ ਨਹੀਂ ਪਿਆ ਵੀ ਕੀ ਸਿਸਟਮ ਹੈਗਾ ਉੱਥੇ ਸੇਵਾ ਕਿਵੇਂ ਕਰ ਸਕਦੇ ਆਪ ਜੀ ਵਿਸ਼ਵਾਸ ਕਰੋ ਘੱਟ ਤੋਂ ਘੱਟ ਵੀ ਮੈਨੂੰ 100 ਤੋਂ ਵੱਧ ਕਾਲ ਕਰਨੀ ਪਈ ਉੱਥੋਂ ਦੇ ਵੱਖ-ਵੱਖ ਆਧਾਰਿਆਂ ਨੂੰ ਜੀ ਵੀ ਕਿਸ ਤਰ੍ਹਾਂ ਲੀਗਲ ਤਰੀਕੇ ਨਾਲ ਅਸੀਂ ਸੇਵਾਵਾਂ ਲੈ ਸਕਦੇ ਹਾਂ ਹੂੰ ਕਰ ਕਰਾ ਕੇ ਸਾਨੂੰ ਉਹ ਲਿੰਕ ਮਿਲੇ ਜਿਹੜੇ ਕਿ ਇਹ ਸੁਆਮਾ ਅਸਾਈਨ ਕਰਦੇ ਹਨ ਸਾਹਾ ਸੰਗ ਨੂੰ ਜਿਹਨੂੰ ਆਪਾਂ ਵਾਕਾ ਬੋਰਡ ਕਹਿੰਦੇ ਆ ਜਾਂ ਈਟੀਪੀਬੀ ਅਵੇਕਿਊ ਪ੍ਰਾਪਰਟੀ ਟਰਸਟ ਬੋਰਡ ਕਹਿੰਦੇ ਆ ਇਹ ਗਵਰਨਮੈਂਟ ਆਫ ਪਾਕਿਸਤਾਨ ਦਾ ਸਰਕਾਰੀ ਅਦਾਰਾ ਹੈ ਇਸ ਦੀ ਇਜਾਜ਼ਤ ਤੋਂ ਇਲਾਵਾ ਉੱਥੇ ਕੋਈ ਸੇਵਾ ਨਹੀਂ ਕਰ ਸਕਦਾ ਜੀ ਅਸੀਂ ਜਦੋਂ ਪਹਿਲੀ ਵਾਰੀ ਉਹਨਾਂ ਨੂੰ 2019 ਵਿੱਚ ਇਹ ਆਰਗੇਨਾਈਜੇਸ਼ਨ ਬਣਾਉਣੀ ਸ਼ੁਰੂ ਕੀਤੀ ਜਨਵਰੀ ਵਿੱਚ 13 ਜਨਵਰੀ ਨੂੰ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਕਿ ਸਾਨੂੰ ਸੇਵਾ ਦਿੱਤੀਆਂ ਜਾਣ ਗੁਰਦੁਆਰਾ ਚੋਹਾਸੇਲ ਚੁਣਿਆ ਗਿਆ ਕਿਉਂਕਿ ਇਹ ਤੰਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਹੈ ਜੀ ਜਦੋਂ ਇਸ ਗ ਤਕਰੀਬਨ 8 ਮਹੀਨੇ ਲੱਗੇ ਇਸ ਦੀ ਪਰਮਿਸ਼ਨ ਲੈਣ ਲਈ ਅੱਛਾ ਜੀ ਪਹਿਲੇ ਗੋਦਵਾਰੇ ਦੀ ਕਿਉਂਕਿ ਉਹਨਾਂ ਨੂੰ ਇਹ ਨਹੀਂ ਸੀ ਪਤਾ ਅਸੀਂ ਕੌਣ ਹਾਂ ਕਿੱਥੋਂ ਹਾਂ ਕਿੱਦਾਂ ਸੇਵਾ ਕਰਨੀ ਹੈ ਸੋ ਉਹਨਾਂ ਨੇ ਵੈਰੀਫਿਕੇਸ਼ਨ ਵਾਸਤੇ ਹੀ 8 ਮਹੀਨੇ ਲਾਏ ਭੀ ਜਿਨ੍ਹਾਂ ਨੂੰ ਅਸੀਂ ਸੇਵਾ ਦੇ ਰਹੇ ਹਾਂ ਉਹ ਕਰ ਵੀ ਸਕਦੇ ਹਨ ਕਿ ਨਹੀਂ ਜੀ ਤੇ ਉਹਨਾਂ ਦੇ ਪੁਰਾਣੇ ਪੁਰਾਣੇ ਲਿੰਕ ਕੋਈ ਹੈ ਕਿਦਾਂ ਨੇ ਉਹਨਾਂ ਨੇ ਸਾਰੀ ਵੈਰੀਫਿਕੇਸ਼ਨ ਕਰਕੇ ਫਿਰ 8 ਮਹੀਨਿਆਂ ਵਿੱਚ ਇਹ ਸੇਵਾ ਅਸਾਈਨ ਕਰ ਦਿੱਤੀ अच्छा ਜਿਵੇਂ ਤੁਸੀਂ ਦੱਸਿਆ ਕਿ 476 ਗੁਰਦੁਆਰਾ ਸਾਹਿਬ ਨੇ ਉਤੇ ਇਤਿਹਾਸਕ ਗੁਰੂ ਘਰ ਨੇ ਸਾਰੇ ਇਹ ਇਹ ਉਹ ਗੁਰਦੁਆਰੇ ਹਨ ਜਿਹੜੇ ਕਿ ਗੁਰੂ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਹਨ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਹਨ ਜਾਂ ਉਹ ਇਤਿਹਾਸਕ ਸਥਾਨ ਜਿਵੇਂ ਹਰੀ ਸਿੰਘ ਨਲੂਆ ਹੋ ਗਿਆ ਜੀ ਉਹ ਸਿੱਖ ਜਿਨ੍ਹਾਂ ਨੇ ਕਿ ਮੱਲਾ ਮਾਰੀਆਂ ਜਿਨ੍ਹਾਂ ਦੇ ਸਤੇ ਅਸੀਂ ਪਾਗ ਬਨ ਕੇ ਮਾਣ ਮਹਿਸੂਸ ਕਰਦੇ ਹਾਂ ਜੀ ਤੇ ਗੁਰਦੁਆਰਾ ਚੋਹਤ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਤੇ ਹੋਰ ਕਿਹੜੇ ਕਿਹੜੇ ਗੁਰੂ ਘਰਾਂ ਦੀ ਤੁਹਾਨੂੰ ਸੇਵਾ ਉੱਥੋਂ ਦੀ ਪਰਮਿਸ਼ਨ ਮਿਲੀ ਹੈ ਹੁਣ ਤੱਕ ਜਦੋਂ ਅਸੀਂ ਗੋਦਵਾਰੇ ਚ ਆਸਰਾ ਦੀ ਸਾਨੂੰ ਅਗਸਤ ਵਿੱਚ ਪਰਮਿਸ਼ਨ ਮਿਲੀ ਅਸੀਂ ਉਸ ਦੀ ਸੇਵਾ ਸ਼ੁਰੂ ਕੀਤੀ ਤਿੰਨ ਮਹੀਨੇ ਬਾਅਦ ਸਾਡੀ ਉੱਥੇ ਉਹਨਾਂ ਨੇ ਉਸ ਦੀ ਇਨਸਪੈਕਸ਼ਨਸ ਕੀਤੀਆਂ ਉਥੋਂ ਦੀ ਸਰਕਾਰ ਵੈਕਿਊ ਪ੍ਰਾਪਰਟੀ ਟਰਸਟ ਬੋਰਡ ਦਾ ਵੀ ਕਹਿਣਾ ਹੈ ਕਿ ਅੱਜ ਤੱਕ ਪਾਕਿਸਤਾਨ ਵਿੱਚ ਵੀ ਇਸ ਤਰ੍ਹਾਂ ਸੇਵਾ ਨਹੀਂ ਹੋਈ ਕਿਉਂਕਿ ਗੋਦਵਾਰੇ ਨੂੰ ਢਾਹ ਢੇਰੀ ਨਹੀਂ ਕੀਤਾ ਉਹੀ ਮਸਾਲੇ ਜੋ ਮਹਾਰਾਜਾ ਅਨੰਦ ਸਿੰਘ ਨੇ ਕਿਸੇ ਟਾਈਮ ਯੂਜ਼ ਕੀਤੇ ਸਨ ਉਹੀ ਮਸਾਲੇ ਦੁਬਾਰਾ ਤਿਆਰ ਕਰਕੇ ਉਸੇ ਹਿਲਾਤ ਵਿੱਚ ਉਸੇ ਹੀ ਬਿਲਡਿੰਗ ਨੂੰ ਮੁੜ ਸਿਰਜੀਰ ਕੀਤਾ ਤਾਂ ਉਹਨਾਂ ਨੇ ਝੇਲਮ ਸਿਟੀ ਦੇ ਸਾਰੇ ਗੋਦਵਾਰੇ ਜਿੰਨੇ ਵੀ ਹੈ ਸੀ ਲਿਖ ਕੇ ਰਣਜੀਤ ਨਗਰ ਜਿੰਨਾ ਵਿੱਚ ਖਾਲਸੇ ਦੀ ਮਾਤਾ ਦਾ ਗੁਰਦੁਆਰਾ ਜਨਮ ਸਥਾਨ ਮਾਤਾ ਸਾਹਿਬਕੌਰ ਵੀ ਆਉਂਦਾ ਹੈ ਗੁਰਦੁਆਰਾ ਟਲਾ ਜੋਗੀਆਂ ਤੇ ਸ਼ਿੱਧੀ ਮਿਸਲ ਦੇ ਦੂਜੇ ਜਥੇ ਦਾ ਭਾਈ ਕਰਮ ਸਿੰਘ ਜੀ ਦਾ ਗੁਰਦੁਆਰਾ ਗੁਰਦੁਆਰਾ ਭਾਈ ਕਰਮ ਸਿੰਘ ਜੀ ਹੁੰਦਾ ਹੈ ਜੀ ਗੁਰਦੁਆਰਾ ਚੋਹਤ ਸਾਹਿਬ ਦੀ ਗੱਲ ਕਰੀਏ ਤੇ ਮੇਰੇ ਖਿਆਲ ਸਾਡੇ ਕੋਲ ਕੋਈ ਵੀਡੀਓ ਵਗੈਰਾ ਹੈਗੀਆਂ ਨਾਲ-ਨਾਲ ਦਿਖਾ ਦਿਓ ਮੈਂ ਬੇਨਤੀ ਕਰਦਾ ਸੋ ਪਹਿਲਾਂ ਅਸੀਂ ਗੁਰਦੁਆਰਾ ਚੋਹਤ ਸਾਹਿਬ ਦੀ ਗੱਲ ਕਰਦੇ ਜੀ ਉਸ ਤੋਂ ਬਾਅਦ ਮਾਤਾ ਸਾਹਿਬਕੌਰ ਜੀ ਦਾ ਗੁਰਦੁਆਰਾ ਜਿਹੜਾ ਉਹ ਵੀ ਇਤਿਹਾਸਕ ਹੁਕਮ ਤੇ ਹੈਗਾ ਉਹਦਾ ਵੀ ਜ਼ਿਕਰ ਕਰਾਂਗੇ ਸੋ ਪਹਿਲਾਂ ਇਸ ਗੁਰੂ ਘਰ ਬਾਰੇ ਦੱਸੋ ਜੀ ਗੁਰਦੁਆਰਾ ਚੋਹਾ ਸਾਹਿਬ ਜਿਹੜਾ ਜਦੋਂ ਗੁਰੂ ਸਾਹਿਬ ਜੀ ਚੌਥੀ ਅਦਾਸੀ ਦਾ 1500 ਤਕਰੀਬਨ 21 ਜਾਂ 22 ਦੇ ਵਿੱਚ ਕੋਠੋਹਾੜਾ ਇਸ ਇਲਾਕੇ ਨੂੰ ਕੋਠੋਹਾੜਾ ਇਲਾਕਾ ਕਿਹਾ ਜਾਂਦਾ ਹੈ ਜੀ ਇਹ ਟਿੱਲਾ ਟਿੱਲਾ ਜੋਗੀਆਂ ਤੋਂ ਇਸ ਗੋਦਵਾਰੇ ਗੁਰੂ ਸਾਹਿਬ ਆਏ ਸਨ ਜੀ ਜਿਵੇਂ ਆਪ ਸਕਰੀਨ ਤੇ ਦੇਖ ਰਹੇ ਹੋ ਇਹ ਗੁਰਦੁਆਰੇ ਦੀ ਉਹ ਤਸਵੀਰ ਹੈ ਜਿਹੜੀ ਸਾਡੇ ਜਾਂ ਤੋਂ ਪਹਿਲਾਂ ਸੀ ਕੋਈ ਸਿੱਧਾ ਰਸਤਾ ਨਹੀਂ ਸੀ ਜਾਂਦਾ ਇਸ ਗੋਦਵਾਰੇ ਸੱਤ ਦਿਨ ਦਾ ਬਹੁਤ ਵੱਡਾ 1947 ਤੋਂ ਪਹਿਲਾਂ ਮੇਲਾ ਲੱਗਿਆ ਕਰਦਾ ਸੀ ਲੱਖਾਂ ਲੋਕ ਉਸੇ ਸ਼ਿਰਕਤ ਕਰਿਆ ਕਰਦੇ ਸੀ ਉਸੇ ਵਿੱਚ ਖਾਸਾ ਹੀ ਖੇਡਾਂ ਗੱਟਕਾ ਘੋੜਸਵਾਰੀ ਸਾਰਾ ਕੁਝ ਹੋਇਆ ਕਰਦਾ ਸੀ ਇਸ ਨੂੰ ਟੈਂਟਾਂ ਦਾ ਮੇਲਾ ਵੀ ਕਿਹਾ ਜਾਂਦਾ ਸੀ ਉੱਥੇ ਟੈਂਟ ਨੰਬੂ ਲੱਗਦੇ ਸਨ ਜੀ ਵੱਡੀ ਗੱਲ ਇਸ ਗੁਰਦੁਆਰੇ ਦੇ ਮੁੱਖ ਪ੍ਰਬੰਧਕ ਸਨ ਜੋ ਪਹਿਲੀ ਵਾਰੀ ਬਣੇ ਉਹ ਮਾਤਾ ਸਹਿਬ ਕੌਜੀ ਦੇ ਪਿਤਾ ਜੀ ਭਾਈ ਰਾਮੂ ਬਾਸੀ ਜੀ ਸਨ ਅੱਛਾ ਜੀ ਜਦੋਂ ਉਹਨਾਂ ਨੂੰ ਉੱਥੇ ਸੇਵਾ ਮਿਲੀ ਜਾਂ ਉਹਨਾਂ ਨੇ ਸੇਵਾ ਕਾਰਨੀ ਸ਼ੁਰੂ ਕੀਤੀ ਉਹਨਾਂ ਦੇ ਉੱਥੇ ਰਹਿਣ ਦਾ ਮਕਸਦ ਹੀ ਇਸ ਗੁਰਦੁਆਰੇ ਦਾ ਪ੍ਰਬੰਧ ਕਰਨਾ ਸੀ ਇਹ ਕਿਲੇ ਦੇ ਬਾਹਰ-ਬਾਰ ਗੁਰਦੁਆਰਾ ਹੈ ਆਪ ਅਗਲੀਆਂ ਵੀਡੀਓ ਵਿੱਚ ਵੇਖੋਗੇ ਤੇ ਇਸ ਗੁਰਦੁਆਰੇ ਦੀ ਸੇਵਾਵਾ ਕਰਨ ਦੇ ਕਰਕੇ ਹੀ ਮਾਤਾ ਸਾਹਿਬ ਕੌਰ ਦਾ ਜਨਮ ਇਸ ਇਲਾਕੇ ਦੇ ਵਿੱਚ ਹੋਇਆ। ਜੀ। ਅੱਛਾ ਭਾਈ ਰਣਜੀਤ ਸਿੰਘ ਜੀ ਤੁਸੀਂ ਵੀ ਨਾਲ ਹੀ ਹੁੰਨੇ ਹੋ ਤੁਸੀਂ ਪਾਕਿਸਤਾਨ ਨਾਲ ਗਏ ਸੀ ਜਾਂ ਨਹੀਂ? ਨਹੀਂ ਜੀ ਜੇਸ ਭੱਲੇ ਸਾਡੇ ਰਣਜੀਤ ਗੰਗਾਰਾ ਦੇ ਡਾਇਰੈਕਟਰ ਭਾਜੀ ਸਤਪ੍ਰੀ ਸingh ਜੀ 2019 ਚ ਗਏ ਸੀ ਤੇ ਦਾਸ ਦੀ ਸਿਹਤ ਕੁਝ ਨਹੀਂ ਠੀਕ ਸੀ ਇਸ ਕਰਕੇ ਭਾਜੀ ਇਕੱਲੇ ਗਏ ਸੀ ਤੇ ਜਦੋਂ ਭਾਜੀ ਹੁਣੀ ਵਾਪਸ ਆਏ ਤੇ ਇਹਨਾਂ ਨੇ ਇੱਥੇ ਆ ਕੇ ਸਲਾਹ ਕੀਤੀ ਸਾਡੇ ਸਾਰੇ ਸਿੰਘਾਂ ਦੇ ਨਾਲ ਸਲਾਹ ਹੋਈ ਕਿ ਆਪਾਂ ਨੂੰ ਕੁਝ ਨਾ ਕੁਝ ਉਪਰਾਲਾ ਕਰਨਾ ਚਾਹੀਦਾ। ਜੀ। ਬڑے ਸਿੰਘਾਂ ਨਾਲ ਸਾਡਾ SLA ਮਸ਼ਬਰਾ ਹੋਇਆ ਕਈਆਂ ਨੇ ਸਾਨੂੰ ਇਹ ਸਲਾਹ ਦਿੱਤੀ ਕਿ ਆਪਾਂ ਅਗੜਾ ਉੱਥੇ ਜਾਣਾ ਆ ਪਰ ਫਿਰ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅੱਜ ਜਿੱਥੇ ਅਸੀਂ ਬੈਠੇ ਆਂ ਕਦੀ ਅਸੀਂ ਸੋਚਿਆ ਸੀ ਵੀ ਇੱਥੇ ਅਸੀਂ ਬੈਠਾਂਗੇ ਪਰ ਇਹ ਅਸਥਾਨ ਜਿਹੜੇ ਗੁਰਦੁਆਰਾ ਚੋਹਾ ਸਾਹਿਬ ਜੀ ਆ ਇਹ ਪਹਿਲੇ ਪਾਤਸ਼ਾਹ ਜੀ ਦਾ ਸਥਾਨ ਆ ਜਦੋਂ ਪਾਤਸ਼ਾਹ ਜੀ ਉੱਥੇ ਗਏ ਤੇ ਉੱਥੇ ਪਾਣੀ ਦੀ ਬਹੁਤ ਕਮੀ ਸੀ ਪਾਣੀ ਜਿਹੜਾ ਸੀ ਖਾਰਾ ਪਾਣੀ ਸੀ ਜੀ ਉਥੋਂ ਦੀਆਂ ਸੰਗਤਾਂ ਨੇ ਇਲਾਕਾ ਨਿਵਾਸੀਆਂ ਨੇ ਬੇਨਤੀ ਕੀਤੀ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਣੀ ਖਾਰਾ ਆਪ ਦੀ ਕਿਰਪਾ ਕਰੋ ਭਾਈ ਕਾਂਤ ਸਿੰਘ ਜੀ ਨਾਭਾ ਜੋ ਪੰਚ ਦੇ ਮਹਾਨ ਵਿਦਵਾਨ ਹੋਏ ਆ ਉਹਨਾਂ ਨੇ ਵੀ ਜ਼ਿਕਰ ਕੀਤਾ ਆ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਜਲ ਪ੍ਰਗਟ ਕੀਤਾ ਜਿਸ ਵੇਲੇ ਜਲ ਪ੍ਰਗਟ ਕੀਤਾ ਤੇ ਇਲਾਕਾ ਨਿਵਾਸੀਆਂ ਨੇ ਸਾਰੇ ਨੇ ਉਥੋਂ ਜਲ ਛਕਿਆ ਅੱਜ ਦੀ ਡੇਟ ਦੇ ਵਿੱਚ ਵੀ ਉਸ ਇਲਾਕੇ ਦੇ ਵਿੱਚ ਸਾਰਾ ਇਲਾਕਾ ਉਥੋਂ ਹੀ ਜਲ ਛਕਦਾ ਆ ਉਹਨਾਂ ਨੇ 100 ਦੇ 50 ਦੇ ਕਰੀਬ ਉਥੇ ਜਿਹੜੇ ਖੂ ਖੂ ਜੜੇ ਆ ਉਹ ਦੁਆਰਾ ਉਹਨਾਂ ਨੇ ਪੁੱਟ ਕਰਕੇ ਤੇ ਉਹਨਾਂ ਨੇ ਟਿਊਬ ਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਸਾਰਾ ਪਾਣੀ ਖਾਰਾ ਆ ਤੇ ਜਦੋਂ ਭਾਦੀ ਹੁਣੀ ਵਾਪਸ ਆਏ ਇਹਨਾਂ ਨੇ ਕਿਹਾ ਵੀ ਆਪਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਤੇ ਫਿਰ ਰਣਜੀਤ ਨਗਾਰਾ ਦੀ ਜਿਹੜੀ ਆ ਮੰਟਿਕੇ ਕੈਲੀਫੋਰਨੀਆ ਯੂ ਐਸ ਏ ਦੇ ਵਿੱਚ ਇਹਦਾ ਬੇਸ ਤਿਆਰ ਕਰਕੇ ਤੇ ਆਪਾਂ ਉਦੋਂ ਤੋਂ ਹੀ ਭਾਜੀ ਉਹਨਾਂ ਦੇ ਨਾਲ ਸੇਵਾ ਦੇ ਵਿੱਚ ਜੁੜੇ ਆ ਜੀ ਤੇ ਸਤਪ੍ਰੀਤ ਜੀ ਤੁਸੀਂ ਉਧਰ ਫਿਰ ਦੁਬਾਰਾ ਗਏ ਕਿ ਨਹੀਂ ਹਜੇ ਪਾਕਿਸਤਾਨ ਉਸ ਤੋਂ ਬਾਅਦ ਕਹੋ ਵੀ ਸੰਸਾਰ ਵਾਸਤੇ ਬਾਦ ਕਿਸੰਦੀ ਵਾਲੀ ਗੱਲ ਹੀ ਵੀ ਕੋਰੋਨਾ ਆ ਗਿਆ ਕੋਰੋਨਾ ਆ ਗਿਆ ਜੀ ਪਰ ਇਹ ਆ ਕਿ ਚਲੋ ਅਕਾਲ ਪੁਰਖ ਨੇ ਟੈਕਨੋਲੋਜੀ ਇੰਨੀ ਕੁ ਵਧਾ ਦਿੱਤੀ ਕਿ ਇੱਥੇ ਬੈਠੇ ਹੀ ਅਸੀਂ ਸਾਰਾ ਕੁਝ ਕਰ ਸਕਦੇ ਹਾਂ ਤੇ ਇੱਥੇ ਬੈਠੇ ਹੋ ਵੀ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਕੀ ਸਿਸਟਮ ਹੈ ਉੱਥੇ ਉੱਥੇ ਕਿਹੜੇ ਬੰਦੇ ਹੈਗੇ ਨੇ ਜਿਹੜੇ ਤੁਹਾਡਾ ਸਾਥ ਦਿੰਦੇ ਨੇ ਜਾਂ ਕਿਵੇਂ ਉੱਥੇ ਸੇਵਾ ਚੱਲਦੀ ਹੈ ਇਹਦੇ ਬਾਰੇ ਵੀ ਦੱਸੋ ਇਹ ਵੀ ਅਕਾਲ ਪੁਰਖ ਦੀ ਕਿਰਪਾ ਹੀ ਕਹਿ ਲਓ ਇਹ ਜਿਹੜੀ ਸੇਵਾ ਕੁਝ ਥੋੜੇ ਵੱਖਰੇ ਤਰੀਕੇ ਨਾਲ ਅਸੀਂ ਕਰ ਰਹੇ ਹਾਂ ਇਹ ਸੇਵਾ ਦੇ ਵਿੱਚ ਅਸੀਂ ਕਿਸੇ ਨੂੰ ਵੀ ਇਸ ਦਾ ਮੁੱਖ ਪ੍ਰਬੰਧਕ ਉੱਥੇ ਨਹੀਂ ਲਾਇਆ ਜਿਵੇਂ ਵੱਡੀਆਂ ਵੱਡੀਆਂ ਆਰਗੇਨਾਈਜੇਸ਼ਨਸ ਹੁੰਦੀਆਂ ਹਨ ਉਹਨਾਂ ਦੀਆਂ ਬ੍ਰਾਂਚੇਜ਼ ਹੁੰਦੀਆਂ ਹਨ ਉਹਨਾਂ ਦੇ EMPLOYEES ਹੁੰਦੇ ਹਨ ਇਸ ਦਾ ਉਹ ਢਾਂਚਾ US ਗਵਰਨਮੈਂਟ ਦੇ ਨਾਲ ਰਲ ਕੇ ਤਿਆਰ ਕੀਤਾ ਉੱਥੇ ਰੀਸਟੋਰਰ ਇੰਜੀਨੀਅਰ ਸਟਰਕਚਰਲ ਇੰਜੀਨੀਅਰ ਸਿਵਲ ਇੰਜੀਨੀਅਰ ਸਾਰੇ EMPLOYEE ਰੱਖ ਲਏ ਜੀ ਉਥੋਂ इवन ਉਹਨਾਂ ਦੀ ਲੋਕੇਸ਼ਨ ਵੀ ਟਰੈਕ ਹੁੰਦੀ ਹੈ ਥਰੂ ਮੋਬਾਈਲ ਐਪਸ ਦੇ ਜੀ ਵੀ ਉਹ ਕਿੰਨੇ ਘੰਟੇ ਕੰਮ ਕਰਦੇ ਹਨ ਪ੍ਰੋਪਰ ਉਹਨਾਂ ਨੂੰ ਵਿੱਚ ਰੈਸਟਾਂ ਵੀ ਦਿੱਤੀਆਂ ਜਾਂਦੀਆਂ ਹਨ ਇਹ ਜਿਹੜਾ ਕਿ US ਦਾ ਵਰਕਿੰਗ ਸਿਸਟਮ ਹੈ ਉਹ ਹੀ ਉੱਥੇ ਅਪਲਾਈ ਕੀਤਾ ਗਿਆ ਜੀ ਰਾਜੀਬਾ ਬੜੀ ਚੰਗੀ ਗੱਲ ਹੈ ਤੇ ਫਿਰ ਹੁਣ ਅੱਗੇ ਕੀ ਪਲਾਨ ਹੈਗੀ ਅਸੀਂ ਪਹਿਲਾਂ ਇਸ ਤੋਂ ਪਹਿਲਾਂ ਕਿ ਮਾਤਾ ਸਾਹਿਬਕੌਰ ਦੇ ਗੁਰੂ ਘਰ ਜਿਹੜਾ ਹੈਗਾ ਉੱਥੇ ਉਹਦੀ ਵੀ ਜ਼ਿਕਰ ਕਰਨਾ ਚਾਹਾਂਗੇ ਕਿਉਂਕਿ ਉਹਦੀਆਂ ਵੀ ਸਾਡੇ ਕੋਲ ਮੇਰੇ ਕੋਲ ਕੁਝ ਵੀਡੀਓ ਤੁਸੀਂ ਦਿੱਤੀਆਂ ਹੋਈਆਂ ਸੋ ਮਤਾ ਸਾਹਿਬ ਕੌਰ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਉੱਥੇ ਉਹਦੀ ਕੀ ਪੋਜੀਸ਼ਨ ਸੀ ਤੁਹਾਡੇ ਜਾਣ ਤੋਂ ਪਹਿਲਾਂ ਤੇ ਹੁਣ ਉਹਦੀ ਕਿੰਨੀ ਕੁ ਸੇਵਾ ਹੋ ਗਈ ਮਤਾ ਸਾਹਿਬ ਕੌਰ ਦੇ ਸਥਾਨ ਦੀ ਅਜੇ ਸੇਵਾ ਐਕਚੁਅਲ ਤੌਰ ਤੇ ਸ਼ੁਰੂ ਨਹੀਂ ਹੋਈ ਪਰ ਮਿਸ਼ਨਾਂ ਮਿਲੀਆਂ ਹਨ ਜੀ ਉਸ ਗੁਰਦਾਰੇ ਦਾ ਹਾਲ ਇਹ ਕਿ 10x10 ਦਾ ਕਮਰਾ ਹੈ ਖਾਸੇ ਦੀ ਮਤਾ ਹੈ ਬਾਹਰ ਕੋਈ ਹੱਥ ਪੈਰ ਧੋਣ ਵਾਲੀ ਟੂਟੀ ਵੀ ਨਹੀਂ ਜੀ ਕੋਈ ਮर्यादा ਨਹੀਂ ਆਪ ਜਿਵੇਂ ਸਕਰੀਨ ਤੇ ਦੇਖ ਰਹੇ ਹੋ ਇਹ ਰੀਵਰ ਕਾਨ ਹੈ ਜਿਹੜੀ ਆਪ ਤਸਵੀਰ ਦੇ ਵਿੱਚ ਦੇਖ ਰਹੇ ਹੋ ਇਹਦਾ ਮਦਾਨੀ ਇਲਾਕਾ ਹੈ ਜਿਹੜਾ ਗੋਦਵਾਰੇ ਦਾ ਨਹੀਂ ਬਟ ਉਸ ਤੋਂ ਅੱਗੇ ਆਈਏ ਤਾਂ ਇਹ ਜਿਹੜੇ ਰਸਤੇ ਜਾ ਰਹੇ ਹਨ ਇਹ ਗੋਦਾਰਾ ਮਾਤਾ ਸਾਹਿਬ ਕੌਰ ਜੀ ਦੇ ਪਿੰਡ ਨੂੰ ਜਾਂਦੇ ਹਨ ਇਹ ਖਾਸੇ ਪੰਥ ਦਾ ਨਾਨਕਾ ਪਿੰਡ ਹੈ ਜੀ ਇਹ ਜਿਹੜਾ ਕਿਲਾ ਦੇਖ ਰਹੇ ਹੋ ਕਿਲੇ ਦੀਆਂ ਦੁਵਾਰਾਂ ਹਨ ਇਸ ਦੇ ਨਾਲ ਲੱਗਦਾ ਜਿਹੜਾ ਦੂਸਰੀ ਛੜਕ ਇਸ ਦੇ ਵਿੱਚਕਾਰ ਮਾਤਾ ਸਾਹਿਬ ਕੌਰ ਜੀ ਦਾ ਜਨਮ ਹੋਇਆ ਇੱਥੋਂ ਗੋਦਵਾਰਾ ਚੋਹਾ ਸਾਹਿਬ 10 ਤੋਂ 15 ਮਿੰਟ 15 ਤੋਂ 20 ਮਿੰਟ ਇੰਨੀ ਕੁ ਦੂਰੀ ਤੇ ਹੈ ਪੈਦਲ ਚੱਲ ਕੇ ਇਸ ਸਥਾਨ ਦੀ ਸੇਵਾ ਵਾਸਤੇ ਉਥੇ ਘਰ ਹਨ ਉਹਨਾਂ ਕਰ ਕਹ ਲਓ ਵੀ ਮਹਾਰਾਜ ਜੀ ਸਿੰਘ ਨੇ ਇੱਥੇ ਕੋਈ ਛਾਕ ਵਾਲੀ ਗੱਲ ਨਹੀਂ ਵੀ ਬਹੁਤ ਵੱਡਾ ਆਲੀਸ਼ਾਨ ਗੋਦਾਰਾ ਬਣਾਇਆ ਹੋਏਗਾ ਖਾਸ ਦੀ ਮਾਤਾ ਦਾ ਜੀ ਸੋ ਜਿਹੜਾ ਕਿ ਇੱਕ ਗੁੰਬਦ ਦੀ ਸ਼ਕਲ ਦਾ ਰਹਿ ਗਿਆ ਗੁੰਬਦ ਦੀ ਸ਼ਕਲ ਰਹਿਣ ਤੋਂ ਬਾਅਦ ਬਾਕੀ ਘਰਾਂ ਦੇ ਉਥੇ ਕਬਜ਼ੇ ਹੋ ਗਏ ਹੁਣ ਉਹਨਾਂ ਘਰਾਂ ਨਾਲ ਗੱਲ ਚੱਲ ਰਹੀ ਹੈ ਘਰ ਐਗਰੀ ਹਨ ਉਹ ਉਥੋਂ ਉੱਠ ਰਹੇ ਨੇ ਉਹਨਾਂ ਨੂੰ ਲੈ ਦੇ ਕੇ ਜੋ ਵੀ ਉਹਨਾਂ ਦਾ ਮੁਆਵਜ਼ਾ ਬੰਦਾ ਹੈ ਸਰਕਾਰੀ ਦੌਰ ਤੇ ਜੋ ਸਰਕਾਰੀ ਕਾਗਿਆਂ ਵਿੱਚ ਹੈ ਜਾਂ ਜਿੰਨੇ ਉਹਨਾਂ ਦੇ ਕਮਰੇ ਹਨ ਉਨੇ ਹੀ ਕਮਰੇ ਕਿਸੇ ਹੋਰ ਥਾਂ ਤੇ ਪਾ ਕੇ ਇੱਕ ਉਥੇ ਆਲੀਸ਼ਾਨ ਗੁਰਦੁਆਰਾ ਬਣਾਇਆ ਜਾ ਰਿਹਾ ਹੈ ਤੇ ਫਿਰ ਲੋਕ ਜਿਹੜੇ ਨੇ ਸਾਥ ਦੇ ਰਹੇ ਨੇ ਜੀ ਜਿਨ੍ਹਾਂ ਨੇ ਘਰਾਂ ਤੇ ਚਲੋ ਉਸ ਸਮੇਂ ਕਿਸ ਮਾਹੌਲ 'ਚ ਹੋਣਗੇ ਕਿਵੇਂ ਕਬਜ਼ਾ ਕੀਤਾ ਹੋਊਗਾ ਤੇ ਉਹ ਉਹਨਾਂ ਲੋਕਾਂ ਦਾ ਕੀ ਰਿਐਕਸ਼ਨ ਹੁੰਦਾ ਜੀ ਤੁਹਾਡੇ ਪ੍ਰਤੀ ਖਾਸ ਤੌਰ ਤੇ ਅਸੀਂ ਸਿੱਖ ਕੌਮ ਦੀ ਜੇ ਗੱਲ ਕਰੀਏ ਤੁਸੀਂ ਸੇਵਾ ਕਰਦੇ ਹੋ ਗੁਰੂ ਘਰਾਂ ਪ੍ਰਤੀ ਪਹਿਲਾਂ ਤਾਂ ਰਿਐਕਸ਼ਨ ਇਹੀ ਹੁੰਦਾ ਹੈ ਕਿ ਕਿਤੇ ਕਬਜ਼ਾ ਹੀ ਨਾ ਕਰਨਾ ਆ ਗਏ ਹੁਣ ਅੱਛਾ ਜੀ ਪਰ ਉਹ ਜਦੋਂ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਕਿ ਜਿੰਨਾ ਵੀ ਸਥਾਨ ਉਹਨਾਂ ਦਾ ਹੈ ਉਸ ਤੋਂ ਵਧੀਆ ਹੀ ਮਕਾਨ ਉਹਨਾਂ ਨੂੰ ਪਾ ਕੇ ਦਿੱਤੇ ਜਾ ਰਹੇ ਨੇ ਉਸ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਸਰਕਾਰ ਇਨਵੋਲਡ ਹੈ ਉਹਨਾਂ ਨੂੰ ਗਾਰੰਟੀ ਦਿੱਤੀ ਜਾਂਦੀ ਹੈ ਤਾਂ ਉਹ ਪੂਰਾ ਪੂਰਾ ਸਾਥ ਦਿੰਦੇ ਹਨ ਜੀ ਆਪਾਂ ਨੂੰ ਇੱਕ ਬ੍ਰੇਕ ਲੈਣੀ ਪੈਗੀ ਜੀ ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਹੋਰ ਜਾਣਕਾਰੀ ਜਿਹੜੀ ਲਵਾਂਗੇ ਸਾਡੇ ਜਿਹੜੇ ਘਰ ਵਿੱਚ ਬੈਠੇ ਦਰਸ਼ਕ ਆ ਪਾਕਿਸਤਾਨ ਦੇ ਵਿੱਚ ਜਿਹੜੇ ਗੁਰੂ ਘਰ ਨੇ ਉਹਨਾਂ ਦੀ ਸੇਵਾ ਸੰਭਾਲ ਦੀ ਗੱਲ ਅੱਜ ਕਰ ਰਹੇ ਆ ਇਤਿਹਾਸਕ ਗੁਰੂ ਧਾਮ ਨੇ ਸਾਰੇ ਜਿਨ੍ਹਾਂ ਦੀ ਸੇਵਾ ਜਿਨ੍ਹਾਂ ਦੀ ਅਸੀਂ ਅਰਦਾਸ ਦੇ ਵਿੱਚ ਬੇਨਤੀ ਕਰਦੇ ਆ ਉਹ ਬੇਨਤੀ ਹੁਣ ਲਗਭਗ ਸਾਡੀ ਮਰਖਲ ਪੂਰੀ ਹੋਣ ਦੇ ਨੇੜੇ ਹੈਗੀ ਆ ਸਾਡੇ ਦਰਸ਼ਕ ਜਿਹੜੇ ਆ ਉਹ ਦੇਖਦੇ ਰਹਿ ਜਸ ਪੰਜਾਬੀ ਮਿਲਦੇ ਆ ਬ੍ਰੇਕ ਤੋਂ ਬਾਅਦ ਹਾਜ਼ਰਾਂ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਬਹੁਤ ਹੀ ਵਧੀਆ ਪ੍ਰੋਗਰਾਮ ਪਾਕਿਸਤਾਨ ਦੇ ਗੁਰੂ ਧਾਮਾਂ ਬਾਰੇ ਉੱਥੋਂ ਦੇ ਜੋ ਇਤਿਹਾਸਕ ਸਾਡੇ ਗੁਰੂ ਘਰ ਨੇ ਉਹਨਾਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਆ ਜਾਂ ਸੇਵਾ ਦੀ ਬਖਸ਼ਿਸ਼ ਜਿਹੜੀ ਹੈ ਉਹ ਰਣਜੀਤ ਨਗਾਰਾ ਦੇ ਗਰੁੱਪ ਜਿਹੜਾ ਹੈਗਾ ਉਹਨਾਂ ਨੂੰ ਮਿਲੀ ਆ ਉਹਨਾਂ ਨਾਲ ਗੱਲਬਾਤ ਅੱਜ ਕਰ ਰਹੇ ਆ ਤੁਹਾਡੇ ਵਾਸਤੇ ਇੱਕ ਵਾਰ ਫੇਰ ਸਵਾਗਤ ਕਰਦੇ ਜੀ ਤੁਹਾਡਾ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਹੋ ਜਾਣਕਾਰੀ ਦੇਣ ਲਈ ਅੱਛਾ ਜਿਹੜੇ ਹੋਰ ਤੁਹਾਨੂੰ ਹਜੇ ਦੋ ਗੁਰੂ ਘਰਾਂ ਦੀ ਪਰਮਿਸ਼ਨ ਮਿਲੀ ਆ ਹੋਰ ਕਿੰਨੇ ਕੁ ਤੁਸੀਂ ਹਜੇ ਅਪਲਾਈ ਕੀਤੇ ਨੇ ਕਿਹੜੇ ਕਿਹੜੇ ਗੁਰੂ ਘਰ ਵਾਸਤੇ ਤੁਸੀਂ ਅਪਲਾਈ ਕੀਤਾ ਜਾਂ ਕੀ ਸੰਭਾਵਨਾ ਲੱਗਦੀ ਆਉਣ ਵਾਲੇ ਸਮੇਂ ਦੀ ਸੇਵਾ ਦੀ ਅਸੀਂ ਸਭ ਤੋਂ ਪਹਿਲਾਂ ਤਾਂ ਗੋਦਵਾਰਾ ਚੋਹਾ ਸਾਹਿਬ ਦੀ ਹੀ ਉਸ ਦੇ ਨਾਲ ਮਾਤਾ ਸਾਹਿਬ ਕੌਰ ਜੀ ਦੀ ਰਿਕਵੈਸਟ ਕੀਤੀ ਸੀ ਪਰ ਉਹਨਾਂ ਨੇ ਖੁਸ਼ ਹੋ ਕੇ ਜਿਉਂ ਉਥੋਂ ਦੀ ਸਰਕਾਰ ਨੇ ਖੁਸ਼ ਹੋ ਕੇ ਇਹ ਕਿਹਾ ਵੀ ਜਿੰਨੇ ਵੀ ਉਸ ਸਿਟੀ ਦੇ ਗੋਦਾਂ ਚਾਰ ਗੋਦਵਾਰੇ ਹਨ ਗੋਦਵਾਰਾ ਢੱਲਾ ਜੋਗੀਆਂ ਜਿੰਨੂੰ ਕਿ 9 ਨੂੰ 8 ਦਾ ਗੋਦਾਰਾ ਵੀ ਕਿਹਾ ਜਾਂਦਾ ਹੈ ਜੀ ਤੇ ਉੱਥੇ 9 ਨਾਂ ਸਨ ਜਿਹੜੇ ਕਿ ਬਾਅਦ ਸਿੱਖ ਪੰਥ ਵਿੱਚ ਸ਼ਾਮਲ ਹੋਏ ਉਸ ਗੋਦਵਾਰੇ ਦੀ ਸੇਵਾ ਵੀ ਪਛ ਸ਼ਹੀਦ ਭਾਈ ਕਰਮ ਸਿੰਘ ਦੇ ਸ਼ੀਦੀ ਮਿਸਲ ਦੇ ਗੋਦਵਾਰੇ ਦੀ ਵੀ ਸੇਵਾ ਦਿੱਤੀ ਗਈ ਸੋ ਇਸ ਤਰ੍ਹਾਂ ਚਾਰ ਗੋਦਵਾਰਿਆਂ ਦੀ ਸੇਵਾ ਸਾਡੇ ਕੋਲ ਉਸ ਸਿਟੀ ਦੇ ਵਿੱਚ ਇਸ ਵਕਤ ਹੈ ਜੀ ਜੀ ਇਹ ਕਿਹੜੀ ਸਿਟੀ ਪੈਂਦੀ ਹੈ ਜੀ ਸਿਟੀ ਵੀ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਇਹ ਜੇਲਮ ਸ਼ਹਿਰ ਹੈ ਜੀ ਜੇਲਮ ਸ਼ਹਿਰ ਦੇ ਵਿੱਚ ਪੈਂਦੀ ਸਾਰੇ ਵਾਲੇ ਦਵਾਰ ਬਹੁਤ ਮਸ਼ਹੂਰ ਜੇਲਮ ਸ਼ਹਿਰ ਹੈ ਚੁੱਕਾ ਜੀ ਉਸ ਸ਼ਹਿਰ ਦੇ ਵਿੱਚ ਪੈਂਦੀ ਜੀ ਤੇ ਓਵਰ ਆਲ ਅਗਰ ਅਸੀਂ ਗੱਲ ਕਰੀਏ ਤੇ ਆਮ ਵੈਸੇ ਤਾਂ ਦੇਖਿਆ ਕਿ ਜਦੋਂ ਪਾਕਿਸਤਾਨ ਕੋਈ ਬੰਦਾ ਇਧਰੋਂ ਜਾਂਦਾ ਹੈ ਵਿਜ਼ਿਟ ਕਰਦਾ ਹੈ ਜਾਂ ਅਸੀਂ ਉੱਥੇ ਜਾਂਦੇ ਹਾਂ ਯਾਤਰਾ ਤੇ ਗੁਰਦ ਆਮਾਂ ਦੀ ਤੇ ਉਧ ਉਧਰਲੇ ਲੋਕ ਅਸੀਂ ਸਿੱਖਾਂ ਦੀ ਗੱਲ ਨਹੀਂ ਕਰਦੇ ਜਿਹੜੇ ਮੁਸਲਮਾਨ ਭੈਣ ਭਰਾ ਨੇ ਉਹਨਾਂ ਨੂੰ ਵੀ ਇੱਕ ਕਿਸਮ ਦਾ ਚਾਅ ਚੜ ਜਾਂਦਾ ਇਹ ਸੁਣਦੇ ਵਿੱਚ ਆ ਵੀ ਬਹੁਤ ਜ਼ਿਆਦਾ ਆਉ ਭਗਤ ਕਰਦੇ ਤਾਂ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਉਹਨਾਂ ਦਾ ਵਿਹਾਰ ਰਹਿਦਾ ਜਾਂ ਓਵਰ ਆਲ ਪੰਜਾਬੀਆਂ ਨਾਲ ਕਿੰਨਾ ਕਿਵੇਂ ਵਰਤਾਓ ਕਰਦੇ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਉਹ ਬਹੁਤ ਪਿਆਰ ਕਰਦੇ ਹਨ ਜਿਹੜੀਆਂ ਸਾਡੇ ਵੱਡ ਵਡੇਰਿਆਂ ਨੇ ਕਹ ਲੋ ਇੱਜ਼ਤਾਂ ਬਣਾਈਆਂ ਸਨ ਅੱਜ ਉਹ ਸਾਡੇ ਕੰਮ ਆ ਰਹੀਆਂ ਹਨ ਜੀ ਅਸੀਂ ਤੇ ਜੀ ਬਣਾਉਣੀਆਂ ਹਨ ਆਉਣ ਵਾਲੀਆਂ ਪੀੜ੍ਹੀ ਨੂੰ ਦੱਸਣਾ ਹੈ ਪਰ ਅਸੀਂ ਆਪਣੇ ਵੱਡ ਵਡੇਰਿਆਂ ਦੀਆਂ ਬਖਸ਼ੀਆਂ ਹੋਈਆਂ ਇੱਜ਼ਤਾਂ ਜਾਂ ਉਹਨਾਂ ਦੇ ਮਾਰ ਕੇ ਮਾਰੇ ਉਹਨਾਂ ਦੇ ਸਿਰ ਤੇ ਇੱਜ਼ਤ ਕਰਾ ਰਹੇ ਹਾਂ ਉਹ ਲੋਕ ਬਾ ਪਿਆਰ ਨਾਲ ਮਿਲਦੇ ਹਨ ਤੇ ਬਹੁਤ ਸੇਵਾ ਵੀ ਕਰਦੇ ਹਨ ਤੇ ਗੁਰੂ ਜੀ ਅੱਜ ਅਸੀਂ ਗੁਰੂ ਘਰਾਂ ਦੀ ਗੱਲ ਕਰੀਏ ਚੋਹਾ ਸਾਹਿਬ ਦੀ ਜਾਂ ਮਾਤਾ ਸਾਹਿਬ ਕੋਰ ਦਾ ਗੁਰਦੁਆਰਾ ਸਾਹਿਬ ਹੈ ਜੇ ਇਹ ਕਿੰਨੇ ਕੁ ਏਕੜ ਦੇ ਵਿੱਚ ਹੈ ਜੀ ਜਗ੍ਹਾ ਜਿਹੜੀ ਇਹ ਗੁਰੂ ਘਰ ਬਣੇ ਹੋਏ ਨੇ ਕਿੰਨੀ ਕਿ ਏਕੜ ਗੁਰੂ ਘਰ ਕੋਲੇ ਆ ਤੇ ਕਿੰਨੀ ਗੁਰੂ ਘਰ ਦੀ ਜ਼ਮੀਨ ਲਗਭਗ ਅੰਦਾਜ਼ਨ ਜਿਹੜੀ ਹੈ ਲੋਕਾਂ ਕੋਲੇ ਜੇ ਆਪਾਂ ਪਹਿਲਾਂ ਗੋਦਾਰਾ ਚੋਹਾ ਸਾਹਿਬ ਦੀ ਗੱਲ ਕਰੀਏ ਜੀ ਤਾਂ ਜਦੋਂ ਮਹਾਰਾਜਾ ਅਨਜੀਤ ਸਿੰਘ ਨੇ ਇਸ ਦੇ ਨਾਮ ਜ਼ਮੀਨ ਲਵਾਈ ਤਾਂ 192 ਕਨਾਲਾਂ ਜ਼ਮੀਨ ਜਿਹੜੀ ਲਗਭਗ 25 ਕਿੱਲੇ ਬੰਦੀ ਹੈ ਜੀ ਉਹ ਲਵਾਈ ਸੋ ਜਦੋਂ ਅਸੀਂ ਉੱਥੇ ਹੁਣ ਗੱਲ ਕੀਤੀ ਜਿਵੇਂ ਸਕਰੀਨ ਤੇ ਦੇਖ ਰਹੇ ਹੋ ਇਹ ਸਾਰੀ ਜ਼ਮੀਨ ਗੋਦਾਰਾ ਚੋਹਾ ਸਾਹਿਬ ਦੀ ਦੀ ਹੈ ਜੀ ਜੀ ਸੋ ਜਦੋਂ ਉੱਥੇ ਸਰਕਾਰ ਨਾਲ ਗੱਲ ਕੀਤੀ ਲੋਕਾਂ ਦੇ ਕੋਲ ਜ਼ਮੀਨ ਸੀ ਉਥੋਂ ਦੇ ਡਿਪਟੀ ਕਮਿਸ਼ਨਰ rau pravesh akhtar ਹਮ ਤੇ ਇੱਕ ਉਥੋਂ ਦੇ ਲੋਕਲ ਜਰਨਲਿਸਟ ਨੇ ਰਾਗਾ ਵਕਾਰ ਜੀ ਇਹਨਾਂ ਦੋਨਾਂ ਨੇ ਬੜੀ ਮਿਹਨਤ ਕਰਕੇ ਉਹ ਜਿਹੜੀ ਜ਼ਮੀਨ ਲੋਕਾਂ ਨਾਲ ਉੱਥੇ ਗੱਲਬਾਤ ਕਰਕੇ ਫ੍ਰੀ ਗੋਦਵਾਰੇ ਨੂੰ ਛਡਾਈ ਉਹ ਸਾਰੀ ਦੀ ਸਾਰੀ ਜ਼ਮੀਨ 25 ਕਿੱਲੇ ਨਹੀਂ ਕਹਿ ਸਕਦੇ 22 ਕਿੱਲੇ ਕਿਉਂਕਿ ਥੋੜੀ ਰਸਤੇ ਵਾਸਤੇ ਛਡਣੀ ਪਈ ਉਹ 22 ਕਿੱਲੇ ਗੋਦਵਾਰੇ ਦੇ ਕਬਜ਼ੇ ਹੇਠ ਹੈ ਤੇ ਗੋਦਵਾਰਾ ਹੀ ਉਹਨੂੰ ਹੁਣ ਆਪਰੇਟ ਕਰੇਗਾ ਤੇ ਸਰਕਾਰਾਂ ਦਾ ਕੀ ਜਿਹੜੇ ਐਡਮਿਨਿਸਟ੍ਰੇਸ਼ਨ ਕਹਿੰਦੇ ਅਸੀਂ ਜਾਂ ਅਸੀਂ ਕਹਿੰਦੇ ਆ ਵੀ ਲੋਕਲ ਹੈਗੀਆਂ ਜਿਹੜੀਆਂ ਸਰਕਾਰਾਂ ਕੋਈ ਵੀ ਡੀਸੀ ਲੈਵਲ ਦੀ ਗੱਲ ਮਤਲਬ ਉਧਰ ਉਹਨਾਂ ਨੇ ਸਾਥ ਦਿੱਤਾ ਜਾਂ ਆਪਣੇ ਭਾਰਤ ਵਾਲੇ ਪੰਜਾਬ ਵਾਲੇ ਹਾਲ ਆ ਵੀ ਪਹਿਲਾਂ ਪਹਿਲਾਂ ਗਿਆ ਤਾਂ ਕੋਈ ਚੜਾਵਾ ਚੜਾਓ ਤੇ ਜਾਓ ਕੋਈ ਸਪਾਰਸ਼ ਪਾਓ ਇਹ ਕਹਿ ਲਈ ਖੁਸ਼ਕਿਸਮਤੀ ਕਹਿ ਲਈ ਜਾਂ ਜਿੱਦਾਂ ਵੀ ਕਹਿ ਲਈਏ ਜਿਹੜੇ ਉਥੋਂ ਦੇ ਡੀਸੀ ਹਨ ਉਹ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਆ ਜੀ ਸੋ ਉਹਨਾਂ ਨੇ ਇਹ ਸਾਰਾ ਕੰਮ ਸ਼ਰਧਾ ਦੇ ਵਿੱਚ ਕੀਤਾ ਸਿੱਖਾਂ ਦੇ ਨਾਲ ਪਿਆਰ ਵਿੱਚ ਕੀਤਾ ਹਮ ਬਿਨਾ ਕਿਸੇ ਨੂੰ ਲੈਣ ਦੇਣ ਤੋਂ ਸਾਰਾ ਕੁਝ ਕੀਤਾ ਜੀ ਹੁਣ ਆਪਾਂ ਮਾਤਾ ਸਾਹਿਬ ਕੌਰ ਦੇ ਜ਼ਮੀਨ ਬਾਰੇ ਵੀ ਗੱਲ ਕਰਦੇ ਆ ਜੀ ਹੁਣ ਜਿਹੜੇ ਕਿਲੇ ਹੁੰਦੇ ਹਨ ਜਿਵੇਂ ਆਪਾਂ ਲਾਲ ਕਿਲੇ ਬਾਰੇ ਸਾਰੇ ਨੂੰ ਪਤਾ ਹੈ ਇਸ ਦਾ ਲਾਹੌਰ ਦਾ ਕਿਲਾ ਵੀ ਹੈ ਇਹ ਰੋਹਤਾਸ ਦੇ ਕਿਲੇ ਦਾ ਤਕਰੀਬਨ ਤਕਰੀਬਨ 25 ਕਿਲੋਮੀਟਰ ਦਾ ਘੇਰਾ ਹੈ ਇਹ ਸ਼ੇਸ਼ਾ ਸੂਰੀ ਨੇ ਬਣਾਇਆ ਸੀ ਜਿਹੜੇ ਕਿਲੇ ਹੁੰਦੇ ਹਨ ਉਹ ਆਰਕੀਓਲੋਜੀ ਡਿਪਾਰਟਮੈਂਟ ਦੇ ਅੰਡਰ ਆਉਂਦੇ ਹਨ ਇਹ ਕਿਸੇ ਦੀ ਕਿਸੇ ਦੇ ਨਾਮ ਨਹੀਂ ਬੋਲਦੇ ਜਿਵੇਂ ਆਪਾਂ ਦੇਖ ਰਹੇ ਆ ਇਹ ਖਾਸ ਕਰ ਨਹੀਂ ਗੇਟ ਥਾਣੀ ਅਸੀਂ ਮਾਤਾ ਸਾਹਿਬ ਕੌਰ ਦੇ ਜਾਂਦੇ ਹਾਂ ਇਸ ਕਿਲੇ ਦੇ ਵਿੱਚ ਤਕਰੀਬਨ ਤਿੰਨ ਪਿੰਡ ਵਸੇ ਹੋਏ ਹਨ ਏਡਾ ਵੱਡਾ ਕਿਲਾ ਹੈ ਇਹ ਸਾਰਾ ਆਰਕੀਓਲੋਜੀ ਹੈ ਕਿਸੇ ਦੀ ਜਿੱਦੀ ਜੱਦੀ ਜਾਇਦਾਦ ਨਹੀਂ ਜਸਟ ਲੋਕ ਜਿਵੇਂ ਪਿੰਡਾਂ ਵਿੱਚ ਲਾਲਕੀ ਦੇ ਅੰਦਰ ਬੈਠੇ ਹੁੰਦੇ ਹਨ ਉਦਾਂ ਬੈਠੇ ਹਨ ਜੀ ਜੇਕਰ ਆਪ ਕਿਲੇ ਦੀ ਕੰਧ ਦੇ ਨਾਲ ਨਾਲ ਤੇ ਦੂਸਰੀ ਛੜਕ ਜਾ ਰਹੀ ਹੈ ਇਹਦੇ ਵਿੱਚ ਦੇਖੋਗੇ ਤਾਂ ਇਹ ਜਿਹੜਾ ਏਰੀਆ ਤਕਰੀਬਨ 13 ਕਨਾਲ ਦਾ ਏਰੀਆ ਬਣਦਾ ਹੈ ਜੀ ਜਿਹਦੇ ਵਿੱਚ ਮਾਤਾ ਸਾਹਿਬਕੌਰ ਜੀ ਦਾ ਕੰਪਲੈਕਸ ਬਣਾਇਆ ਜਾਣਾ ਹੈ ਜੀ ਜੇ ਧਿਆਨ ਨਾਲ ਵੇਖੀਏ ਇਹਦੇ ਵਿੱਚ ਇੱਕ ਛੋਟਾ ਜਿਹਾ ਗੁੰਬਦ ਵੀ ਦਿਖਾਈ ਦਿੰਦਾ ਹੈ ਜਿਹੜਾ ਕਿ ਚਾਨਣੀ ਵਾਂਗੂ ਜਿਹੜਾ ਖੱਟਾ ਜਿਹਾ ਲੱਗਿਆ ਉਹਦੇ ਲੱਗੇ ਹੈ ਕੇਵਲ ਤੇ ਕੇਵਲ ਉਨਾ ਹੀ ਸਥਾਨ ਮਾਤਾ ਸਾਹਿਬਕੌਰ ਐਸ ਤੇ ਇਹਨਾਂ 23 ਘਰਾਂ ਨੂੰ ਇਥੋਂ ਚੁੱਕ ਕੇ ਹੋਰ ਤਾਂ ਇਹਨਾਂ ਦਾ ਵਿਸੇਵਾ ਕਰਕੇ ਜਾਂ ਜਿੱਥੇ ਵੀ ਇਹ ਜਾਣਾ ਚਾਹਣ ਇਥੇ ਇੱਕ ਆਲੀਸ਼ਾਨ ਗੁਰਦੁਆਰਾ ਬਣਾਇਆ ਜਾਵੇਗਾ ਜਿਹੜਾ ਕਿ ਮਾਤਾ ਜੀ ਦੇ ਕਦ ਨੂੰ ਦਰਸਾਉਂਦਾ ਹੋਏਗਾ ਜੀ ਤੇ ਇਹਦੇ ਚ ਅਗਰ ਅਸੀਂ ਗੱਲ ਕਰੀਏ ਵੀ ਸੇਵਾ ਜਿਹੜੀ ਤੁਸੀਂ ਕਰ ਰਹੇ ਹੋ ਮਟੀਰੀਅਲ ਦੀ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਾਂ ਮੇਰੇ ਖਿਆਲ ਸਮਾਂ ਵੀ ਹੋਰ ਸੀਗਾ ਤੇ ਬਹੁਤ ਚੰਗਾ ਸੀ ਸਮਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਮੇਰੇ ਖਾਲ ਬਾਹਰਲੇ ਮੁਲਕਾਂ ਤੋਂ ਲੋਕ ਨੌਕਰੀ ਕਰਨ ਵਾਸਤੇ ਉੱਥੇ ਜਾਂਦੇ ਸੀਗੇ ਬਿਲਕੁਲ ਤੇ ਉਦੋਂ ਮਟੀਰੀਅਲ ਜਿਹੜਾ ਹੋਰ ਤਰ੍ਹਾਂ ਦਾ ਹੋਏਗਾ ਜਾਂ ਕੰਮ ਕਰਨ ਦਾ ਤਰੀਕਾ ਹੋਰ ਹੋਏਗਾ ਤਾਂ ਹੁਣ ਤੁਸੀਂ ਕਿਸ ਤਰ੍ਹਾਂ ਦਾ ਮਟੀਰੀਅਲ ਵਗੈਰਾ ਲਾ ਰਹੇ ਹੋ ਕਿਸ ਤਰ੍ਹਾਂ ਕਰ ਰਹੇ ਹੋ ਇਹ ਕਹਿ ਲੋ ਵੀ ਜਿਹੜਾ ਮਿੱਟੀ ਸਾਡੇ ਨਾਲ ਇੱਕ ਬੜੇ ਹੀ ਉੱਚੇ ਰੀਸਟੋਰਰ ਜਿਹਨਾਂ ਨੂੰ ਅਸੀਂ ਜਿਹਨਾਂ ਦਾ ਨਾਮ ਅਮਰੀਕ ਪਲਾਹਾ ਹੈ ਜੀ ਯੂਏਈ ਗਵਰਨਮੈਂਟ ਦੇ ਰੀਸਟੋਰਰ ਹਨ ਜੀ ਜੇ ਕਹਿ ਲਈਏ ਵੀ ਜ 1300 1400 ਸਦੀ 1500 ਸਦੀ ਦੇ ਕਿਲੇ ਹੀ ਉਹਨਾਂ ਨੇ ਰੀਸਟੋਰ ਕਰ ਦਿੱਤੇ ਉਹ ਸਾਡੇ ਨਾਲ ਇਸ ਕੰਮ ਵਿੱਚ ਵਲੰਟੀਅਰ ਤੌਰ ਤੇ ਜੁੜੇ ਹੋਏ ਹਨ ਉਹਨਾਂ ਦੀ ਮਦਦ ਨਾਲ ਉਥੋਂ ਦੇ ਜਿਹੜੇ ਅਸੀਂ ਆਰਕੀਟੈਕਟ ਰੀਸਟੋਰ ਹੈਗੇ ਉਹਨਾਂ ਦੀ ਮਦਦ ਨਾਲ ਅਸੀਂ ਉਸ ਮਟੀਰੀਅਲ ਨੂੰ ਡ੍ਰਿਲ ਕੀਤਾ ਇਹਦੇ ਵਿੱਚ ਹੈ ਕੀ ਵਾਹ ਤੇ ਜਦੋਂ ਡ੍ਰਿਲ ਕੀਤਾ ਉਹਨੂੰ ਯੂਨੀਵਰਸਿਟੀ ਆਫ ਪੇਸ਼ਾਵਰ ਵਿੱਚ ਭੇਜਿਆ ਉੱਥੇ ਕ੍ਰੀ ਰੇਸਟੋਰੇਸ਼ਨ ਦੀ ਯੂਨੀਵਰਸਿਟੀ ਹੈ ਜਿਹੜੀ ਕਿ ਟੈਸਟ ਕਰਦੀ ਇਹਦੇ ਵਿੱਚ ਕੀ ਉਹਦੇ ਵਿੱਚ ਤਕਰੀਬਨ ਤਕਰੀਬਨ 16 ਤਾਤਾ ਪਾਈਆਂ ਗਈਆਂ ਅੱਛਾ ਜੀ ਹੈਰਾਨੀ ਵਾਲੀ ਗੱਲ ਜਦੋਂ ਅਸੀਂ ਕਿਸੇ ਗੋਦਾਰੇ ਨੂੰ ਪਹਿਲਾਂ ਪੀਲਾ ਰੰਗ ਕਰ ਦਿੰਦੇ ਹਾਂ ਪੀਲਾ ਰੰਗ ਕਰ ਦਈਏ ਉਹਨੂੰ ਪੀਲਾ ਰੰਗ ਨਹੀਂ ਸੀ ਕੀਤਾ ਜਾਂਦਾ ਉਸਦੇ ਮਟੀਰੀਅਲ ਦੇ ਵਿੱਚ ਕੇਸਰ ਪਾਇਆ ਜਾਂਦਾ ਸੀ ਵਾਹ ਜੀ ਵਾਹ ਰੰਗ ਨਹੀਂ ਕੀਤਾ ਜਾਂਦਾ ਰੰਗ ਨਹੀਂ ਸੀ ਕੀਤਾ ਜਾਂਦਾ ਉਹਦਾ ਪੀਲਾ ਰੰਗ ਕੇਸਰ ਤੋਂ ਆਉਂਦਾ ਸੀ ਤੇ ਹੁਣ ਵੀ ਇਸ ਦਾ ਜੇ ਪੀਲਾ ਰੰਗ ਕਿਤੇ ਹੋਏਗਾ ਤਾਂ ਉਹ ਕੇਸਰ ਦੇ ਥਰੂ ਹੀ ਆਏਗਾ ਉੱ ਹੁਣ ਇਹਦੇ ਵਿੱਚ ਅਸੀਂ ਕਿੱਕਰ ਦੀ ਗੂੰਦ ਦੁੱਧ ਦਹੀਂ ਦੁੱਧ ਉੱਤੇ ਜਿਹੜੀ ਮਲਾਈ ਆਉਂਦੀ ਹੈ ਸਮੁੰਦਰ ਦੀਆਂ ਸੱਪੀਆਂ ਜੀ ਜੂਟ ਜਿਹਨੂੰ ਰੱਸੀ ਕਹਿੰਦੇ ਹਾਂ ਇਹ ਸਾਰੀਆਂ ਚੀਜ਼ਾਂ ਪਾ ਕੇ ਉਹ ਮਸਾਲਾ ਉਹੀ ਮਸਾਲਾ ਜਿਹੜਾ 1834 ਵਿੱਚ ਮਹਾਰਾਜਾ ਜੀਤ ਸਿੰਘ ਨੇ ਯੂਜ਼ ਕੀਤਾ ਸੀ ਕਰ ਰਹੇ ਆ ਇੱਕ ਹੋਰ ਚੀਜ਼ ਜਿਹੜੀ ਮੈਂ ਵਿਸ਼ੇਸ਼ ਦੱਸਣੀ ਚਾਹੂੰਗਾ ਸਾਡੀ ਜਦੋਂ ਉੱਥੋਂ ਦੇ ਐਕਸਪਰਟਸ ਦੇ ਨਾਲ ਗੱਲ ਚੱਲੀ ਤੇ ਉਹ ਕਹਿਣ ਲੱਗੇ ਵੀ ਇਹ ਸੀਮਿੰਟ ਦੇ ਨਾਲ ਵੀ ਰੰਗ ਕਰਕੇ ਲਿਆਇਆ ਜਾ ਸਕਦਾ ਹੈ ਸਸਤਾ ਪਾਏਗਾ ਹੂੰ ਉਦੋਂ ਕਾਸਟ ਕੱਢੀ ਗਈ ਉਹਦੀ ਜਿਹੜਾ ਸੀਮੈਂਟ ਦੇ ਨਾਲ ਤਿਆਰ ਕਰਕੇ ਜਾਂ ਕਰੰਟ ਮਟੀਰੀਅਲ ਤਿਆਰ ਕਰਾਂਗੇ ਉਹ ਸੀਮੈਂਟ ਜਿਪਸਮ ਸੀਮੈਂਟ ਜਿਹਨੂੰ ਕਹਿ ਦਿੰਦੇ ਹਾਂ ਉਹਦੀ ਬੁਨਿਆਦ 15 ਤੋਂ 30 ਸਾਲ ਕਹਿ ਲਓ ਜੀ ਛੜਨਾ ਸ਼ੁਰੂ ਹੋ ਜਾਏਗਾ ਜਾਂ ਖਰਾਬ ਹੋ ਜਾਏਗਾ ਤੇ ਉਸਦੀ ਕਾਸਟ ਜੇ 100 ਰੁਪਇਆ ਆਉਂਦੀ ਸੀ ਤੇ ਜਿਹੜਾ ਮਟੀਰੀਅਲ ਅਸੀਂ ਮਹਾਰਾਜ ਜੀ ਸਿੰਘ ਨੇ ਯੂਜ਼ ਕੀਤਾ ਉਸ ਉਹ ਮਟੀਰੀਅਲ ਦੀ ਉਮਰ 150 ਤੋਂ 300 ਸਾਲ ਅੱਛਾ ਜੀ ਉਹਦੀ ਕੀਮਤ 125 ਰੁਪਏ ਆਉਂਦੀ ਹੈ ਸੋ ਅੱਛਾ ਜੀ 25 ਰੁਪਏ ਵੱਧ ਖਰਚ ਕੇ ਸਾਨੂੰ 4-5 ਗੁਣਾ ਵੱਧ ਉਹਦੀ ਉਮਰ ਮਿਲ ਰਹੀ ਹੈ ਹੂੰ ਬਿਲਕੁਲ ਜੀ ਨਾਜ਼ਿਰ ਨਾਲ ਅਗਰ ਗੱਲ ਕਰੀਏ ਤਾਂ ਜਾਕਾ ਤੁਹਾਡੇ ਜਿਹੜੀ ਸੰਸਥਾ ਹੈਗੀ ਰਣਜੀਤ ਨਗਰਾਂ ਦੀ ਗੱਲ ਕਰਨੀ ਹੈ ਕਿੰਨੇ ਕੁ ਮੈਂਬਰ ਤੁਹਾਡੇ ਇੰਨਾ ਜੁੜੇ ਹੈਗੇ ਅਕਾਲ ਪੁਰਖ ਦੀ ਕਿਰਪਾ ਇਹ ਕਿਸੇ ਵਿਅਕਤੀ ਵਿਸ਼ੇਸ਼ ਨੂੰ ਬਿਲੋਂਗ ਨਹੀਂ ਕਰਦੀ ਇਹਦਾ ਸਟਰਕਚਰ ਇਸ ਡਿਜ਼ਾਈਨ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਕਿ ਇਹ ਪਬਲਿਕ ਬੈਨੀਫਿਟ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਹੈ ਕਹਿਣ ਤੋਂ ਭਾਵ ਕਿ ਇਸ ਦੇ ਵਿੱਚ ਕੋਈ ਇੱਕ ਵਿਅਕਤੀ ਨੂੰ ਕੰਟਰੋਲ ਨਹੀਂ ਕਰ ਸਕਦਾ ਜੀ ਪਰ ਕਿਸੇ ਨਾ ਕਿਸੇ ਨੂੰ ਹੈੱਡ ਤੇ ਅੱਗੇ ਲਾ ਕੇ ਕਰਨਾ ਹੀ ਪਏਗਾ ਬਿਲਕੁਲ ਉਹ ਅਕਾਲ ਪੁਰਖ ਨੇ ਦਾਸ ਨੂੰ ਸੇਵਾ ਬਖਸ਼ੀ ਰਣਜੀਤ ਸਿੰਘ ਉਹ ਨਹੀਂ ਕਰ ਰਹੇ ਹਨ ਤੇ ਇਹ ਕੋਈ ਵੀ ਸੇਵਾ ਕਰ ਸਕਦਾ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਕਿਸੇ ਨੇ ਵੀ ਕਿਤੇ ਵੀ ਵਿਦੇਸ਼-ਵਿਦੇਸ਼ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਵੀ ਸੇਵਾ ਕਰਨੀ ਹੋਵੇ ਕਹੇ ਕਿ ਅਸੀਂ ਖੁਦ ਜਾ ਕੇ ਕਰਨੀ ਚਾਹੁੰਦੇ ਹਾਂ ਤਾਂ ਇਹ ਸੰਸਥਾ ਉਸ ਨੂੰ ਬੈਕਅਪ ਪ੍ਰੋਵਾਈਡ ਕਰੂਗੀ ਤੇ ਉਹ ਸੇਵਾ ਉਹਨਾਂ ਨੂੰ ਲੈ ਕੇ ਦਊਗੀ ਤੇ ਕਿਸ ਤਰ੍ਹਾਂ ਜੁੜ ਸਕਦੇ ਨੇ ਸਾਡੇ ਦਰਸ਼ਕ ਜੇ ਕੋਈ ਜੁੜਨਾ ਚਾਹਣ ਤੁਹਾਡੀ ਸੰਸਥਾ ਦੇ ਨਾਲ ਜਾਂ ਕੋਈ ਉਥੇ ਸੇਵਾ ਕਰਨੀ ਚਾਹਣ ਸਾਡੇ ਨਾਲ ਸੰਪਰਕ ਆ ਸਕਦੇ ਹਨ ਸਾਡੇ ਸੰਪਰਕ ਆਪ ਜੀ ਸਕਰੀਨ ਤੇ ਦਿਖਾਈ ਦੇਓਗੇ ਜੀ ਤੇ ਉਹਨਾਂ ਸੰਪਰਕ ਸਬਾਕਾ ਕਰਕੇ ਅਸੀਂ ਫਿਰ ਉਥੋਂ ਦੀ ਸਰਕਾਰ ਨਾਲ ਸੰਪਰਕ ਕਰਾਂਗੇ ਉਹਨਾਂ ਨੂੰ ਪਰਮਿਸ਼ਨਸ ਲੈ ਕੇ ਹੈਂਡਓਵਰ ਕਰਾਂਗੇ ਉਹ ਉਹ ਉਥੇ ਸੇਵਾ ਕਰਨਗੇ ਹਾਂ ਜਿਵੇਂ ਕਿ ਸਾਡੀ ਪਰਮਿਸ਼ਨ ਕਿਉਂਕਿ ਇੱਕ ਲਾਇਬਿਲਟੀ ਕਹ ਰਹੀ ਹੈ ਪਰ ਇੱਥੇ ਲਾਇਬਿਲਟੀ ਇਸ਼ੂ ਯੂਜ਼ ਕਰਦੇ ਹਾਂ ਸੋ ਜਿਹੜੀਆਂ ਪਰਮਿਸ਼ਨ ਉਸ ਤੇ ਅਸੀਂ ਸੁਪਰਵਾਈਜ਼ ਨੂੰ ਜ਼ਰੂਰ ਕਰਾਂਗੇ ਇਹ ਨਹੀਂ ਹੋਏਗਾ ਕਿ ਕੋਈ ਜਾਏਗਾ ਕਿਸੇ ਵੀ ਗੋਦਾ ਦੀ ਬਿਲਡਿੰਗ ਢਾਕੇ ਤੇ ਨਵੀਂ ਬਣਾ ਦੇਗਾ ਜੀ ਕੋਸ ਨੂੰ ਵੇਖਿਆ ਜਾਊਗਾ ਕਿ ਉਸੇ ਤਰ੍ਹਾਂ ਹੀ ਤਿਆਰ ਹੋ ਰਹੀ ਹੈ ਜਿਸ ਤਾਂ ਦੀ ਜੇਤੋ ਸੇਵਾ ਕਰ ਰਹੇ ਹਨ ਸ਼ਾਧਾ ਦੇ ਵਿੱਚ ਕਰ ਰਹੇ ਹਨ ਤਾਂ ਜਿੰਨੇ ਮਰਜ਼ੀ ਗੁਰਦੰ ਦੀ ਸਿੱਧੀ ਸੇਵਾ ਕਰ ਸਕਦੇ ਆ ਜੀ ਸੋ ਇਹ ਵੀ ਬੜੀ ਚੰਗੀ ਗੱਲ ਹੈ ਕਿਸੇ ਨੇ ਵੀ ਨਾਲ ਜੁੜਨਾ ਜੁੜ ਸਕਦਾ ਤੇ ਅਸੀਂ ਜਿਵੇਂ ਹੁਣ ਗੱਲ ਕੀਤੀ ਸੀ ਕਿ ਜੀ ਟੋਟਲ ਗੁਰਦੁਆਰੇ ਤਕਰੀਬਨ 476 ਗੁਰਦੁਆਰਾ ਸਾਹਿਬ ਹੈਗੇ ਨੇ ਉੱਥੇ ਹਾਂਜੀ ਤੇ ਕਿ ਕਿੰਨੇ ਕੁ ਗੁਰਦੁਆਰਾ ਸਾਹਿਬ ਐਸੇ ਹੈਗੇ ਨੇ ਜਿੱਥੇ ਰੁਟੀਨ ਦੇ ਵਿੱਚ ਕਿ ਲੰਗਰ ਚੱਲਦਾ ਜਾਂ ਕੀਰਤਨ ਚੱਲਦਾ ਜਾਂ ਗੁਰਬਾਣੀ ਚੱਲਦੀ ਹੈ ਜਿਵੇਂ ਅਸੀਂ ਇਹ ਗੱਲ ਕਰਦੇ ਨਨਕਾਣਾ ਸਾਹਿਬ ਦੀ ਗੱਲ ਕਰੀ ਦੀ ਹੈ ਜਾਂ ਗੁਰਦੁਆਰਾ ਪੰਜ ਸਾਹਿਬ ਦੀ ਗੱਲ ਕਰੀ ਦੀ ਹੈ ਤੁਸੀਂ ਸਾਰੇ ਵਿਜ਼ਿਟ ਕੀਤਾ ਜਾਂ ਨਹੀਂ ਕੀਤਾ ਕੀਤਾ ਜੀ ਸਾਰੇ ਗੋਦਵਾਰੇ ਵਿਜ਼ਿਟ ਕੀਤਾ ਜੇ ਅਸੀਂ ਵੈਸੇ ਸਾਰਿਆਂ 'ਚ ਨਹੀਂ 24 ਘੰਟੇ ਲੰਗਰ ਨਹੀਂ ਚੱਲਦਾ ਹੋਵੇਗਾ ਕੁਝ 4-5 ਹੀ ਗੋਦਵਾਰੇ ਹੋਣਗੇ ਬਟ ਇਸ ਵਕਤ 15 ਤੋਂ 16 ਗੋਦਵਾਰੇ ਹੋਣਗੇ ਜਿਹੜੇ ਬਹਾਲ ਹਨ ਜਿੱਥੇ ਪ੍ਰਕਾਸ਼ ਹੈ ਬਾਕੀ ਸਾਰੇ ਦੇ ਸਾਰੇ ਗੋਦਵਾਰੇ ਬੇਆਵਾਦ ਜਾਂ ਖੰਡਰ ਹਨ ਜੀ ਤੇ ਤੁਸੀਂ ਜਿਵੇਂ ਗੁਰੂ ਘਰਾਂ ਦੀ ਸੇਵਾ ਦੀ ਗੱਲ ਕਰਦੇ ਹੋ ਤਾਂ ਸੇਵਾ ਦੇ ਵਿੱਚ ਉਹਨਾਂ ਦੀ ਰਿਪੇਅਰ ਹੀ ਹੈ ਜਾਂ ਨਵੀਆਂ ਬਿਲਡਿੰਗਾਂ ਉਸਾਰਨ ਦਾ ਵੀ ਤੁਹਾਡਾ ਟੀਚਾ ਹੈਗਾ ਹੁਣ ਜਿਵੇਂ ਆਪਾਂ ਗੋਦਾਰ ਚੋਹਾ ਸਾਹਿਬ ਜੀ ਦੀ ਗੱਲ ਕਰਦੇ ਹਾਂ ਇਸ ਦੀ ਮੇਨ ਬਿਲਡਿੰਗ ਤੇ ਖੜੀ ਹੈ ਸਰੋਵਰ ਵੀ ਹੈ ਹੁਣ ਸੰਗਤਾਂ ਜਾਣ ਗਈਆਂ ਉਹਨਾਂ ਨੇ ਕਿਤੇ ਨਾ ਕਿਤੇ ਰਹਿਣਾ ਹੈ ਜੀ ਉਹਨਾਂ ਦੇ ਵਾਸਤੇ ਉਥੇ ਜਿਹੜੀਆਂ ਹੈਗੀਆਂ ਨੇ ਸਰਾਵਾਂ ਬਣਾਈਆਂ ਜਾਣਗੀਆਂ ਲੰਗਰ ਹਾਲ ਹੋਏਗਾ ਰਹਿ ਇਸ ਦਾ ਪ੍ਰਬੰਧ ਹੋਏਗਾ ਬਾਥਰੂਮਸ ਹੋਣਗੇ ਉਹੋ ਚੀਜ਼ ਤੇ ਨਵੀਂ ਕੰਸਟਰਕਸ਼ਨ ਵਿੱਚ ਹੋਏਗਾ ਜੀ ਪਰ ਇੱਥੇ ਇੱਕ ਮਜ਼ੇਦਾਰ ਗੱਲ ਹੋ ਰਹੀ ਹੈ ਅਜੇ ਤੱਕ ਸੰਗਤ ਨੇ ਇਹ ਨਹੀਂ ਸੁਣਿਆ ਆਪਾਂ ਹਮੇਸ਼ਾ ਹੀ ਸੁਣਿਆ ਵੀ ਨਾਨਕਸ਼ਾਹੀ ਏਟ ਇੱਕ ਤਰ੍ਹਾਂ ਦੀ ਹੁੰਦੀ ਹੈ ਜੀ ਬਿਲਕੁਲ ਬਟ ਜਿਹੜੀ ਚੂਹਾ ਸਾਹਿਬ ਤੇ ਏਟ ਲੱਗੀ ਹੈ ਉਹ ਚਾਰ ਤਰ੍ਹਾਂ ਦੀ ਨਾਨਕਸ਼ਾਹੀ ਏਟੀ ਲੱਗੀ ਹੈ ਅੱਛਾ ਜੀ ਉਸ ਦੀਆਂ ਚਾਰ ਕਿਸਮਾਂ ਨਾਨਕਸ਼ਾਹੀ ਏਟ ਦੀਆਂ ਵੀ ਜੀ ਕਿਸੇ ਦੀ ਇੱਕ ਸੂਤਰ ਜਾਂ ਦੋ ਸੂਤਰ ਡਾਈਮੈਂਸ਼ਨ ਵੱਧ ਹੈ ਕਿਸੇ ਦੀ ਘੱਟ ਹੈ ਤੇ ਉਹ ਸਾਰੀਆਂ ਸਾਰੀਆਂ ਡਿਫਾਈਨ ਕਰਕੇ ਜੇ ਕਾਲਪੁਰ ਨੇ ਕਿਰਪਾ ਕੀਤੀ ਤਾਂ ਇੱਕ ਕਿਤਾਬ ਦੇ ਰੂਪ ਦੇ ਵਿੱਚ ਵੀ ਇਹ ਇਹ ਸਵਾਲਾਂ ਕਿੱਦਾਂ ਚੱਲਦੀਆਂ ਹਨ ਜਾਂ ਕਿੱਦਾਂ ਸਵਾਲ ਮਿਲਦੀਆਂ ਨੇ ਕੀ ਔਕੜਾਂ ਆਉਂਦੀਆਂ ਨੇ ਤੇ ਉਹਨਾਂ ਨੂੰ ਕਿੱਦਾਂ ਰਿਜ਼ੋਲਵ ਕਰਨਾ ਹੈ ਇਹ ਸਾਰੀਆਂ ਡਾਈਮੈਂਸ਼ਨਸ एवरीथिंग ਉਹਦੇ ਵਿੱਚ ਦੱਸਿਆ ਜਾਵੇਗਾ ਤੇ ਅਖੀਰ ਦੇ ਵਿੱਚ ਮੈਂ ਜਾਨਣਾ ਚਾਹਾਂਗਾ ਜੀ ਤੁਹਾਡੀ ਸੰਸਥਾ ਜਿਹੜੀ ਰਣਜੀਤ ਨਗਾਰਾ ਹੈਗੀ ਆ ਉਹ ਇੱਥੇ ਪਾਕਿਸਤਾਨ ਦੇ ਵਿੱਚ ਗੁਰੂ ਘਰ ਦੀ ਸੇਵਾ ਕਰ ਰਹੀ ਹੈ ਹੋਰ ਕੀ ਕੀ ਟੀਚੇ ਨੇ ਕਿਸ ਤਰ੍ਹਾਂ ਦੀ ਸੇਵਾ ਹੋਰ ਤੁਸੀਂ ਆਪਣੇ ਕਮਿਊਨਿਟੀ ਦੀ ਜਾਂ ਜਿੰਨੇ ਵੀ ਦੁਨੀਆ ਦੇ ਵਿੱਚ ਲੋਕ ਨੇ ਉਹਨਾਂ ਦੀ ਕਰਨੀ ਚਾਹੂਗਾ ਜਿਹੜੀ ਰਣਜੀਤ ਨਗਾਰਾ ਨਾਨਪ੍ਰੋਫਿਟ ਜਿਵੇਂ ਆਪ ਜੀ ਨੇ ਦੱਸਿਆ ਪਬਲਿਕ ਬੈਨੀਫਿਟ ਹੈ ਇਹ ਕਿਸੇ ਤਰ੍ਹਾਂ ਦੀ ਕੋਈ ਵੀ ਕਿਸੇ ਵੀ ਮਹਾਮਾਜ ਦੇ ਵਿੱਚ ਸੇਵਾ ਕਰ ਸਕਦੀ ਹੈ ਪਰ ਇਹਦਾ ਮੁੱਖ ਮਕਸਦ ਕੇਵਲ ਤੇ ਕੇਵਲ ਗੁਰਦੁਆਰਿਆਂ ਨੂੰ ਸਾਂਭਣਾ ਹੀ ਸੀ ਜਿਹੜੇ ਕਿ ਢਹ ਢੇਰੀ ਹੋ ਰਹੇ ਹਨ ਜਿਨ੍ਹਾਂ ਨੂੰ ਜਾਂ ਰਸਤੇ ਨਹੀਂ ਜਾਂਦੇ ਜੀ ਹੁਣ ਜੇ ਅਸੀਂ ਅਰਦਾਸ ਵਾਲ ਜਿਵੇਂ ਆਪ ਜੀ ਨੇ ਬੜੀ ਸੋਹਣੀ ਗੱਲ ਸ਼ੁਰੂ ਤੇ ਕੀਤੀ ਹੈ ਅਦਾਸੇ ਸ਼ਾਮਲ ਹੈ ਉਹਨਾਂ ਗੁਰਦੁਆਰਿਆਂ ਗੋਤਾਂ ਮੰਨੂ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਾਤਾ ਤੇ ਸੇਵਾ ਸੰਭਾਲ ਦਾ ਖਾਸਾ ਜੀ ਬਖਸ਼ਿਆ ਜਾਵੇ ਕਦੀ ਇਹ ਸੋਚਿਆ ਕਿ ਇਹ ਅਰਦਾਸ ਦੇ ਵਿੱਚ ਕਿਉਂ ਸ਼ਾਮਲ ਕੀਤੇ ਗਏ ਇਹ ਤਾਂ ਕੀਤਾ ਗਿਆ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਂਭੀਆਂ ਜਾਣ ਕਿਤੇ ਸਿੱਖ ਇਸ ਚੀਜ਼ ਨੂੰ ਭੁੱਲ ਨਾ ਜਾਣ ਕਿ ਸਾਡੇ ਗੋਦਵਾਰੇ ਪਿੱਛੇ ਰਹਿ ਗਏ ਹਨ ਉਹਨਾਂ ਨੂੰ ਹੀ ਅਸੀਂ ਸਾਂਭਣਾ ਹੈ ਸਾਡੀ ਜਾਇਦਾਦ ਹੈ ਜੇਕਰ ਇਤਿਹਾਸ ਸਾਂਭਿਆ ਗਿਆ ਤੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਜ਼ ਵੀ ਸਾਂਭੀਆਂ ਜਾਣਗੀਆਂ ਜੀ ਬਹੁਤ ਧੰਨਵਾਦ ਕਰਦੇ ਜੀ ਤੁਹਾਡਾ ਅਸੀਂ ਜਸ ਪੰਜਾਬੀ ਵੱਲੋਂ ਜਸ ਬ੍ਰਾਡਕਾਸਟਿੰਗ ਦੀ ਸਾਰੀ ਟੀਮ ਵੱਲੋਂ ਤੁਸੀਂ ਅਸਟੂਡੀਓ ਦੇ ਵਿੱਚ ਆਏ ਬਹੁਤ ਵਧੀਆ ਗੁਰੂ ਘਰਾਂ ਬਾਰੇ ਜਾਣਕਾਰੀ ਦਿੱਤੀ ਦੁਬਾਰਾ ਵੀ ਅਸੀਂ ਚਾਹਾਂਗੇ ਕੋਈ ਨਾ ਕੋਈ ਜਾਣਕਾਰੀ ਜਿਹੜੀ ਹੈ ਤੁਹਾਡੇ ਕੋਲ ਲੈਂਦੇ ਰਹੀਏ ਤੇ ਸਾਡੇ ਜਿਹੜੇ ਘਰਾਂ ਵਿੱਚ ਬੈਠੇ ਦਰਸ਼ਕਾ ਜੀ ਉਹ ਦੇਖ ਰਹੇ ਸੀ ਅੱਜ ਦਾ ਪ੍ਰੋਗਰਾਮ ਖਾਸ ਪਾਕਿਸਤਾਨ ਦੇ ਗੁਰਦਆਮਾਂ ਦੀ ਸੇਵਾ ਸੰਭਾਲ ਜਿਹੜੀ ਜ਼ਿੰਮੇਵਾਰੀ ਹੈ ਉਹ ਰਣਜੀਤ ਨਗਾਰਾ ਦੇ ਇਨ੍ਹਾਂ ਸੱਜਣਾ ਨੂੰ ਮਿਲੀ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਸੇਵਾ ਕਰ ਰਹੇ ਨੇ ਤੁਸੀਂ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਕੋਲ ਇਹਨਾਂ ਦਾ ਨੰਬਰ ਲੈ ਸਕਦੇ ਹੋ ਅਖੀਰ ਦੇ ਵਿੱਚ ਜਿੱਥੇ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਉੱਥੇ ਇੱਕ ਵਾਰ ਫਿਰ ਸਰਦਾਰ ਸਤਪ੍ਰੀਤ ਸਿੰਘ ਜੀ సేవદાર ਰঞ্জੀਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ